ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪੂਜਾ ਸਿੰਗਲਾ, ਅੱਜ ਆਪਾਂ ਇਸ ਵੀਡੀਓ ਦੇ ਵਿੱਚ ਵਿਸ਼ਰਾਮ ਚਿੰਨ੍ਹ ਕਰਾਂਗੇ ਜੋ ਕਿ ਆਪਣਾ ਜਿਹੜਾ 1994 ਪੰਜਾਬੀ ਏ ਦੇ ਪੇਪਰ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਨਾ। ਸੋ ਸ਼ੁਰੂ ਕਰਦੇ ਹਾਂ ਆਪਾਂ, ਪਹਿਲਾਂ ਉਹਦੀ ਪਰਿਭਾਸ਼ਾ ਪੜਾਂਗੇ ਕਿ ਹੁੰਦਾ ਕੀ ਹੈ ਵਿਸ਼ਰਾਮ ਚਿੰਨ੍ਹ। ਕਹਿੰਦੇ ਅਸੀਂ ਪਿੱਛੇ ਪੜ ਆਏ ਹਾਂ ਕਿ ਵਿਆਕਰਨ ਵਿੱਚ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਕੀ ਹੈ? ਵਾਕ ਹੈ, ਠੀਕ ਹੈ। ਆਪਾਂ ਅਜੇ ਵਾਕ ਵਾਲਾ ਟੋਪਿਕ ਕੀਤਾ ਨਹੀਂ, ਪਰ ਸਭ ਤੋਂ ਵੱਡੀ ਇਕਾਈ ਕੀ ਹੈ? ਵਾਕ ਹੈ। ਕਹਿੰਦੇ ਇੱਕ ਵਾਕ ਨੂੰ ਦੂਜੇ ਵਾਕ ਤੋਂ ਨਿਖੇੜਨ ਲਈ ਕੋਈ ਚਿੰਨ੍ਹ ਲਾਇਆ ਜਾਂਦਾ ਹੈ। ਜਦੋਂ ਆਪਾਂ ਇੱਕ ਵਾਕ ਲਿਖਦੇ ਹਾਂ ਪ੍ਰੋਪਰ, ਹੈ ਨਾ, ਉਹ ਦੂਜੇ ਵਾਕ ਨਾਲੋਂ ਆਪਾਂ ਡਿਫਰੈਂਟ ਜਾਂ ਉਹਨੂੰ ਨਿਖੇੜਦੇ ਕਿਵੇਂ, ਵੱਖ ਕਿਵੇਂ ਕਰਦੇ, ਉਹਦੇ ਲਈ ਚਿੰਨ੍ਹ ਬਣੇ ਹੋਏ ਨੇ, ਠੀਕ ਹੈ। ਪੰਜਾਬੀ ਵਿੱਚ ਅਜਿਹਾ ਚਿੰਨ੍ਹ ਜਿਵੇਂ ਜਿਵੇਂ ਚਿੰਨ੍ਹ ਕੀ ਹੈ? ਡੰਡੀ ਹੈ, ਠੀਕ ਹੈ। ਕੀ ਹੈ? ਡੰਡੀ। ਜਦੋਂ ਆਪਾਂ ਕੋਈ ਗੱਲ ਜਾਂ ਕੋਈ ਵਾਕ ਲਿਖਦੇ ਹਾਂ ਉਹਨੂੰ ਖਤਮ ਕਰਦੇ ਹਾਂ, ਕਾਹਦੇ ਨਾਲ ਕਰਦੇ? ਡੰਡੀ ਨਾਲ। ਜਿਵੇਂ ਤੁਸੀਂ ਆਹ ਲਾਈਨ 'ਚ ਖੁਦ ਹੀ ਦੇਖ ਸਕਦੇ ਹੋ, ਦੇਖੋ ਆ ਲਾਈਨ ਦੇ ਵਿੱਚ ਦੇਖੋ ਆ ਡੰਡੀ ਲੱਗੀ ਹੋਈ ਹੈ। ਕੀ ਲੱਗੀ ਹੋਈ ਹੈ? ਡੰਡੀ। ਅਤੇ ਕੀ ਹੈ? ਦੂਸਰੀ ਲਾਈਨ ਨਾਲੋਂ ਪਹਿਲੀ ਲਾਈਨ ਨੂੰ ਵੱਖ ਕਰ ਰਹੀ ਹੈ, ਠੀਕ ਹੈ। ਇੱਥੋਂ ਤੱਕ ਸਮਝ ਆਇਆ ਤੁਹਾਨੂੰ ਸਾਰਿਆਂ ਨੂੰ? ਉਸ ਤੋਂ ਬਾਅਦ ਕੀ ਹੈ ਕਹਿੰਦੇ? ਕਹਿੰਦੇ ਇਹ ਇੱਕ ਵਿਸ਼ਰਾਮ ਚਿੰਨ੍ਹ ਹੈ। ਇਸ ਪ੍ਰਕਾਰ ਦੇ ਕੁਝ ਹੋਰ ਵਿਸ਼ਰਾਮ ਚਿੰਨ੍ਹ ਹਨ ਜਿਵੇਂ ਕੌਮਾ, ਬਿੰਦੀ, ਠੀਕ ਹੈ, ਉਸ ਤੋਂ ਬਾਅਦ ਬਿੰਦੀ ਕੌਮਾ ਹੋ ਗਿਆ, ਦੁਬਿੰਦੀ, ਪ੍ਰਸ਼ਨ ਚਿੰਨ੍ਹ, ਵਿਸਮਿਕ ਚਿੰਨ੍ਹ। ਇਹ ਸਾਰੇ ਕੀ ਨੇ? ਚਿੰਨ੍ਹ ਨੇ ਜੋ ਆਪਾਂ ਕੀ ਕਰਦੇ ਹਾਂ ਵਾਕ ਦੇ ਵਿੱਚ ਵਰਤਦੇ ਹਾਂ। ਅਤੇ ਵਾਕ ਦੇ ਵਿੱਚ ਕੀ ਇਹਦਾ ਇਹ ਜਿਹੜੇ ਚਿੰਨ੍ਹ ਨੇ, ਛੋਟੇ ਛੋਟੇ ਚਿੰਨ੍ਹ ਜ਼ਰੂਰ ਨੇ, ਪਰ ਇਹ ਕੀ ਮੀਨਿੰਗਫੁੱਲ ਵਾਕ ਬਣਾਉਂਦੇ ਨੇ, ਕੀ ਹੈ, ਜਿਹਦੇ ਵਿੱਚ ਅਰਥ ਭਰਪੂਰ, ਠੀਕ ਹੈ। ਕਹਿੰਦੇ ਬੋਲਣ ਵੇਲੇ ਜੋ ਉਤਾਰ ਚੜ੍ਹਾਅ ਅਤੇ ਠਹਿਰਾਅ ਆਉਂਦੇ ਹਨ ਜਦੋਂ ਆਪਾਂ ਬੋਲਦੇ ਹਾਂ। ਦੇਖੋ ਮੈਂ ਕੀ ਕਹਿ ਰਹੀ ਹਾਂ, ਜਿਵੇਂ ਇੱਥੇ ਇਗਜ਼ਾਮਪਲ ਦਿੱਤਾ, ਤੂੰ ਠੀਕ ਹੈ, ਇਹ ਮੈਨੇ ਕਹਿਤਾ ਕਿ ਤੂੰ ਠੀਕ ਹੈ, ਠੀਕ ਹੈ। ਇਹਦੇ ਵਿੱਚ ਮੈਂ ਤੁਹਾਨੂੰ ਕੀ ਕਹਿ ਰਹੀ, ਕੁਛ ਨਹੀਂ ਪੁੱਟ ਕਰ ਰਹੀ, ਮੈਂ ਕਹਿ ਰਹੀ ਵੀ ਤੁਸੀਂ ਬਿਲਕੁਲ ਠੀਕ ਹੋ। ਉਸ ਤੋਂ ਬਾਅਦ ਤੂੰ ਠੀਕ ਹੈ, ਮਤਲਬ ਐਕਸੈਂਟ ਕੀ ਚੇਂਜ ਹੋ ਗਿਆ। ਕਿਉਂ ਚੇਂਜ ਹੋਇਆ? ਕਿਉਂਕਿ ਕੁਸ਼ਚਨ ਮਾਰਕ ਲੱਗ ਗਿਆ ਪਿੱਛੇ, ਕੀ ਹੈ, ਪ੍ਰਸ਼ਨ ਚਿੰਨ੍ਹ ਲੱਗ ਗਿਆ, ਠੀਕ ਹੈ। ਪ੍ਰਸ਼ਨ ਚਿੰਨ੍ਹ ਲੱਗਣ ਨਾਲ ਕੀ ਹੋ ਗਿਆ? ਆਪਾਂ ਨੂੰ ਪਤਾ ਲੱਗ ਗਿਆ ਕਿ ਬੰਦਾ ਕੀ ਹੈ, ਸਾਹਮਣੇ ਵਾਲਾ ਜਿਹੜਾ ਹੈਗਾ ਆਪਾਂ ਨੂੰ ਕੀ ਪੁੱਛ ਰਿਹਾ ਕਿ ਤੁਸੀਂ ਠੀਕ ਹੋ। ਆਪਾਂ ਨੂੰ ਪੁੱਛ ਰਿਹਾ ਆਪਣੀ ਸਿਹਤ ਬਾਰੇ ਪੁੱਛ ਰਿਹਾ ਕਿ ਤੁਸੀਂ ਠੀਕ ਹੋ। ਜੇ ਮੈਂ ਇੱਕ ਪਾਸੇ ਆਪਾਂ ਡੰਡੀ ਵਾਲਾ ਲਗਾ ਦਾਂ, ਤੂੰ ਠੀਕ ਹੈ, ਇਹਦਾ ਮਤਲਬ ਇਹ ਕਿ ਆਪਾਂ ਆਪਣੇ ਬਾਰੇ ਉਹ ਪਰਸਨ ਕੀ ਗੱਲ ਕਹਿ ਰਹੇ ਕਿ ਮੈਂ ਬਿਲਕੁਲ ਠੀਕ ਹਾਂ, ਠੀਕ ਹੈ। ਉਸ ਤੋਂ ਬਾਅਦ ਕੀ ਕਹਿੰਦੇ? ਉਹਨਾਂ ਨੂੰ ਲਿਖਤ ਵਿੱਚ ਅੰਕਿਤ ਕਰਨ ਲਈ ਵਿਸ਼ਰਾਮ ਚਿੰਨ੍ਹ ਵਰਤੇ ਜਾਂਦੇ ਹਨ। ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਵਿੱਚ ਕੀਤੀ ਅਣਗਹਿਲੀ ਕਾਰਨ ਜਾਂ ਤਾਂ ਅਰਥ ਸਪਸ਼ਟ ਨਹੀਂ ਹੁੰਦਾ ਜਾਂ ਅਰਥ ਦਾ ਅਨਰਥ ਹੋ ਜਾਂਦਾ। ਕਹਿੰਦੇ ਕਈ ਵਾਰੀ ਕੀ ਆ, ਜਦੋਂ ਆਪਾਂ ਵਾਕ ਲਿਖਦੇ ਹਾਂ ਤਾਂ ਕਾਹਲੀ ਕਾਹਲੀ ਦੇ ਵਿੱਚ ਆਪਾਂ ਕੀ ਕਰ ਦਿੰਦੇ ਹਾਂ, ਜਿਹੜੇ ਆਪਾਂ ਜਿਹੜੇ ਚਿੰਨ੍ਹ ਨੇ ਆਪਾਂ ਗਲਤ ਵਰਤੋਂ ਕਰ ਦਿੰਦੇ ਹਾਂ, ਗਲਤ ਵਰਤੋਂ ਕਰ ਦਿੰਦੇ ਹਾਂ। ਫਿਰ ਉਹ ਕੀ ਹੁੰਦਾ? ਜਿਹੜਾ ਅਰਥ ਆਪਣਾ ਕੀ ਸਪਸ਼ਟ ਨਹੀਂ ਹੁੰਦਾ, ਅਰਥ ਕੀ ਹੈ ਸਪਸ਼ਟ ਨਹੀਂ ਹੁੰਦਾ। ਹੁਣ ਆ ਦੋ ਦੋ ਜਿਹੜੇ ਆਪਣੇ ਕੋਲ ਵਾਕ ਹੈ ਇਹਨਾਂ ਨੂੰ ਹੀ ਦੇਖ ਲਓ ਤੁਸੀਂ ਇੱਕ ਜਗ੍ਹਾ 'ਤੇ। ਆਪਾਂ ਕਿੱਥੇ ਜਿੱਥੇ ਸਵਾਲ ਪੁੱਛਣਾ ਉੱਥੇ ਜੇ ਆਪਾਂ ਡੰਡੀ ਲਾਤੀ, ਫਿਰ ਇਹਦਾ ਮਤਲਬ ਕੀ ਹੈ? ਸਵਾਲ ਤਾਂ ਨਹੀਂ ਪੁੱਛਿਆ ਹੋਇਆ ਨਾ, ਫਿਰ ਤਾਂ ਆਪਾਂ ਉਹਨੂੰ ਐਕਸਪਲੇਨ ਕਰਕੇ ਦੱਸਤਾ ਵੀ ਆਹ ਚੀਜ਼ ਹੋ ਚੁੱਕੀ ਹੈ, ਠੀਕ ਹੈ। ਜਾਂ ਕਹਿੰਦੇ ਵਾਕ ਦਾ ਕੀ ਅਰਥ ਦਾ ਕੀ ਹੋ ਜਾਂਦਾ? ਅਨਰਥ। ਬਿਲਕੁਲ, ਕੀ ਹੋ ਜਾਂਦਾ? ਅਨਰਥ ਹੋ ਜਾਂਦਾ। ਉਦਾਹਰਣ ਲਈ ਹੇਠ ਲਿਖੇ ਵਾਕਾਂ ਵਿੱਚ ਵਿਸ਼ਰਾਮ ਚਿੰਨ੍ਹ ਕਾਰਨ ਆਈ ਅਰਥ ਤਬਦੀਲੀ ਮੈਂ ਤੁਹਾਨੂੰ ਸਮਝਾਤਾ, ਠੀਕ ਹੈ। ਉਸ ਤੋਂ ਬਾਅਦ ਅੱਗੇ ਚੱਲਦੇ ਹਾਂ। ਕਹਿੰਦੇ ਪਹਿਲੇ ਵਾਕ ਵਿੱਚ ਬੋਲਣ ਵਾਲਾ ਵਿਅਕਤੀ ਦੂਜੇ ਵਿਅਕਤੀ ਨੂੰ ਦੱਸ ਰਿਹਾ ਉਹ ਠੀਕ ਹੈ, ਠੀਕ ਹੈ। ਇਹ ਚੀਜ਼ ਵੀ ਤੁਹਾਨੂੰ ਮੈਂ ਕਲੀਅਰ ਕਰਤੀ ਚੰਗੀ ਤਰ੍ਹਾਂ ਕਿ ਦੇਖੋ ਇੱਕ ਡੰਡੀ ਵਾਲਾ ਅਤੇ ਇੱਕ ਪ੍ਰਸ਼ਨ ਚਿੰਨ੍ਹ ਵਾਲਾ ਦੋਨਾਂ ਦੇ ਵਿੱਚ ਬਹੁਤ ਫਰਕ ਹੈ। ਜੇ ਕੋਈ ਕਹਿੰਦਾ ਨਾ ਕਿ ਸਿਰਫ ਡੰਡੀ ਹੈ ਜਾਂ ਪ੍ਰਸ਼ਨ ਚਿੰਨ੍ਹ ਹੈ, ਉਹਨੂੰ ਇਹਦਾ ਮਤਲਬ ਕਿ ਵਿਸ਼ਰਾਮ ਚਿੰਨ੍ਹ ਦਾ ਕੋਈ ਵੀ ਗਿਆਨ ਨਹੀਂ ਹੈ। ਕਿਉਂਕਿ ਵਿਸ਼ਰਾਮ ਚਿੰਨ੍ਹ ਦਾ ਵਿਸ਼ਰਾਮ ਚਿੰਨ੍ਹਾਂ ਦਾ ਜਿਸ ਬੰਦੇ ਨੂੰ ਗਿਆਨ ਹੁੰਦਾ ਨਾ, ਉਹ ਇਹਨੂੰ ਮਾਮੂਲੀ ਚੀਜ਼ ਨਹੀਂ ਸਮਝਦਾ। ਬਹੁਤ ਬੱਚੇ ਕੀ ਹੈ, ਮਤਲਬ ਮੈਨੇ ਦੇਖੇ ਹੈ ਕਿ ਉਹ ਨਾ ਵਾਕ ਬਣਾਉਂਦੇ ਨੇ, ਪੈਰਾਗ੍ਰਾਫ ਲਿਖਦੇ ਨੇ, ਹੈ ਨਾ। ਪੈਰਾਗ੍ਰਾਫ ਦੇ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿੱਥੇ ਕੁਸ਼ਚਨ ਮਾਰਕ ਪਾਉਣਾ, ਕਿੱਥੇ ਪ੍ਰਸ਼ਨ ਚਿੰਨ੍ਹ ਪਾਉਣਾ, ਕਿੱਥੇ ਡੰਡੀ ਪਾਉਣੀ, ਕਿੱਥੇ ਕੌਮਾ ਪਾਉਣਾ, ਕੁਛ ਨਹੀਂ ਕਲੀਅਰ ਹੁੰਦਾ ਉਹਨਾਂ ਬੱਚਿਆਂ ਨੂੰ, ਠੀਕ ਹੈ। ਅਤੇ ਉਹਨਾਂ ਲਈ ਖਾਸ ਵੀਡੀਓ ਕਿ ਵਿਸ਼ਰਾਮ ਚਿੰਨ੍ਹ ਸਿੱਖ ਲਓ, ਠੀਕ ਹੈ। ਉਸ ਤੋਂ ਬਾਅਦ ਕੀ ਆਪਣੇ ਕੋਲ, ਕਹਿੰਦੇ ਜਿਵੇਂ ਚੋਰ ਜਾਵੇ ਨਾ ਫੜੋ। ਦੇਖੋ ਹੁਣ ਜਿਹੜੇ ਬੰਦੇ ਨੂੰ ਗਿਆਨ ਹੋਊਗਾ ਉਹਨੂੰ ਪਤਾ ਵੀ
ਜਿਹੜੀ ਆਹ ਕੋਮਾ ਪਾਏ ਨੇ ਤੇ ਹਲਕਾ ਜਿਹਾ ਠਹਿਰਾ ਦੇਣਾ, ਕੀ ਦੇਣਾ ਹਲਕਾ ਜਿਹਾ। ਹੁਣ ਦੇਖੋ ਪਹਿਲਾਂ ਇੰਨੀ ਡੀਪ ਦੇ ਵਿੱਚ ਨਹੀਂ ਕਰਾਂਗੇ, ਪਹਿਲਾਂ ਇਹ ਸਮਝੋ ਹੁਣ ਆਪਾਂ ਕੀ ਕਹਿਤਾ, ਚੋਰ ਜਾਵੇ ਨਾ ਫੜੋ, ਮਤਲਬ ਚੋਰ ਨੂੰ ਜਾਣ ਨਾ ਦਿਓ ਵੀ ਫੜ ਲਓ। ਹੁਣ ਇੱਕ ਜਗ੍ਹਾ ਦੇਖੋ, ਦੂਜੀ ਜਗ੍ਹਾ ਸਿਰਫ ਇੱਕ ਕੋਮਾ ਹੀ ਬਦਲਿਆ ਨਾ, ਜਿਹੜੇ ਲੋਕ ਕਹਿੰਦੇ ਸਿਰਫ ਕੋਮਾ ਹੀ ਹੈ। ਦੇਖੋ ਚੋਰ ਜਾਵੇ ਨਾ ਫੜੋ, ਮਤਲਬ ਚੋਰ ਨੂੰ ਜਾਣ ਦਿਓ ਫੜੋ ਨਾ। ਹੁਣ ਇੱਕ ਬੋਲਣ ਵਾਲੇ ਨੇ ਅਤੇ ਇੱਕ ਲਿਖਣ ਵਾਲੇ ਨੇ, ਕਿੱਡੀ ਵੱਡੀ ਗਲਤੀ ਕੀਤੀ ਹੈ, ਸਹੀ ਹੈ ਨਾ। ਦੇਖੋ ਜਿਹੋ ਜਿਹਾ ਲਿਖਿਆ ਆਪਾਂ ਉਹੋ ਜਿਹਾ ਹੀ ਪੜ੍ਹਤਾ, ਪੜ੍ਹਤਾ ਨਾ, ਚੋਰ ਜਾਵੇ ਨਾ, ਜਾਵੇ ਨਾ ਫੜੋ। ਜੇ ਨਾ ਤੋਂ ਬਾਅਦ ਆ ਕੀ ਹੈ, ਜਾਵੇ ਨਾ ਫੜੋ, ਮਤਲਬ ਆਪਾਂ ਕੀ ਕਹਿ ਰਹੇ ਹਾਂ, ਚੋਰ ਨੂੰ ਫੜ ਲਓ, ਜਾਣ ਨਾ ਦਿਓ, ਠੀਕ ਹੈ। ਇਹ ਚੀਜ਼ਾਂ ਕੀ ਹੈ, ਜਿਹੜੇ ਇੱਕ ਹਲਕਾ ਜਿਹਾ ਕੌਮਾ ਵੀ ਹੈ, ਉਹਨੇ ਮੀਨਿੰਗ ਦੇ ਵਿੱਚ ਕਿੰਨਾ ਫਰਕ ਪਾਤਾ, ਠੀਕ ਹੈ। ਉਸ ਤੋਂ ਬਾਅਦ ਕੀ ਆਪਣੇ ਕੋਲ ਆ ਜਾਂਦਾ, ਜਿਵੇਂ ਪ੍ਰੇਮ ਸਿੰਘ ਬਡਵਾਲ ਅਤੇ ਰਛਪਾਲ ਬਾਜ਼ਾਰ ਗਏ। ਹੁਣ ਆਪਾਂ ਇਹਦੇ ਵਿੱਚ ਕੀ ਦੱਸ ਰਹੇ ਹਾਂ ਕਿ ਇਹ ਕੀ ਹੈ, ਬਾਜ਼ਾਰ ਗਏ ਨੇ, ਪ੍ਰੇਮ ਸਿੰਘ ਬਡਵਾਲ ਅਤੇ ਰਛਪਾਲ ਬਾਜ਼ਾਰ ਗਏ। ਹੁਣ ਆਪਾਂ ਪ੍ਰੇਮ ਸਿੰਘ ਨੂੰ ਦੱਸ ਰਹੇ ਹਾਂ ਕਿ ਬਡਵਾਲ ਅਤੇ ਰਛਪਾਲ ਕੀ ਹੈ, ਬਾਜ਼ਾਰ ਗਏ ਨੇ। ਇੱਕ ਕੌਮੇ ਨਾਲ ਦੇਖੋ ਕਿੰਨਾ ਅਰਥ ਦੇ ਵਿੱਚ ਫਰਕ ਪੈ ਗਿਆ, ਕਿੰਨਾ ਹੀ ਜ਼ਿਆਦਾ। ਹੁਣ ਉਸ ਤੋਂ ਬਾਅਦ ਆਪਣਾ ਡੰਡੀ, ਆਪਾਂ ਇੰਨੇ ਟਾਈਮ ਦੀ ਥੋੜ੍ਹੀ ਬਹੁਤ ਜਾਣਕਾਰੀ ਲੈ ਰਹੇ ਸੀ, ਹੁਣ ਸ਼ੁਰੂ ਹੁੰਦਾ ਡੰਡੀ। ਡੰਡੀ ਕਿੱਥੇ ਲੱਗਦੀ ਹੈ, ਜਦੋਂ ਪੂਰਨ ਵਿਸ਼ਰਾਮ ਜਾਂ ਠਹਿਰਾ ਦਾ ਚਿੰਨ, ਜਦੋਂ ਆਪਣੀ ਕੀ ਗੱਲ ਖਤਮ ਹੋ ਗਈ। ਜਿਵੇਂ ਮੈਂ ਕਹਾਂ ਮੈਂ ਰੋਟੀ ਖਾ ਲਈ, ਡੰਡੀ ਲਾਤੀ, ਮੈਂ ਆਪਦਾ ਖਾਣਾ ਖੁਣਾ ਖਾ ਲਿਆ, ਮੇਰਾ ਕੰਮ ਬਿਲਕੁਲ ਖਤਮ ਹੋ ਗਿਆ। ਇਸ ਲਈ ਵਾਕ ਦੇ ਅੰਤ ਵਿੱਚ ਲਾਇਆ ਜਾਂਦਾ। ਜੋ ਕਦੋਂ ਲੱਗਦਾ, ਜਦੋਂ ਵਾਕ ਦਾ ਕੀ ਹੁੰਦਾ, ਅੰਤ ਹੁੰਦਾ, ਜਦੋਂ ਵਾਕ ਦਾ ਕੀ ਹੋ ਜਾਂਦਾ, ਬਿਲਕੁਲ ਅੰਤ ਹੋ ਜਾਂਦਾ। ਉਸ ਤੋਂ ਬਾਅਦ ਕਿ ਇਸ ਚਿੰਨ੍ਹ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ, ਕਿਵੇਂ, ਕਹਿੰਦੇ ਪ੍ਰਸ਼ਨਵਾਚਕ ਵਾਕ ਜਾਂ ਕੁਛ ਰੂਲ ਨੇ, ਦੇਖੋ ਇਹ ਪੜ੍ਹੋ, ਇਹ ਜ਼ਰੂਰੀ ਨੇ। ਕਹਿੰਦੇ ਪ੍ਰਸ਼ਨਵਾਚਕ ਵਾਕ ਜਾਂ ਵਿਸਮੈਵਾਚਕ ਵਾਕ। ਪ੍ਰਸ਼ਨਵਾਚਕ ਕਿਹੜਾ, ਜਿਹਦੇ ਪਿੱਛੇ ਕੁਐਸਚਨ ਮਾਰਕ ਹੁੰਦਾ, ਵਿਸਮੈ 'ਚ ਜਿਹਦੇ ਪਿੱਛੇ ਆਵਲਾ ਹੁੰਦਾ, ਠੀਕ ਹੈ। ਕਹਿੰਦੇ ਵਾਕ ਨੂੰ ਛੱਡ ਕੇ ਹਰ ਪ੍ਰਕਾਰ ਦੇ ਵਾਕ ਦੇ ਅੰਤ ਵਿੱਚ ਕੀ ਲੱਗਦੀ ਹੈ, ਡੰਡੀ। ਕੀ ਲੱਗਦੀ ਹੈ, ਡੰਡੀ। ਸਿਰਫ ਕਹਿੰਦੇ ਰੂਲ ਪਹਿਲਾਂ ਕੀ ਹੈ, ਪ੍ਰਸ਼ਨਵਾਚਕ ਅਤੇ ਵਿਸਮੈਵਾਚਕ ਨੂੰ ਛੱਡ ਕੇ ਜਿਹੜੇ ਵੀ ਹੋਰ ਪ੍ਰਕਾਰ ਦੇ ਵਾਕ ਨੇ ਉਹਨਾਂ ਪਿੱਛੇ ਕੀ ਲੱਗਦੀ ਹੈ, ਡੰਡੀ। ਜਿਵੇਂ ਕੀ ਆ, ਰਾਸ਼ਟਰਪਤੀ ਦਾ ਅਹੁਦਾ ਦੇਸ਼ ਦਾ ਸਭ ਤੋਂ ਵੱਡਾ ਅਹੁਦਾ ਹੁੰਦਾ, ਦੇਸ਼ ਦਾ ਕੀ ਹੁੰਦਾ, ਸਭ ਤੋਂ ਵੱਡਾ ਅਹੁਦਾ ਹੁੰਦਾ। ਇੱਥੇ ਗੱਲ ਕੀ ਹੈ, ਉਹਨੇ ਕੋਈ ਕੁਐਸਚਨ ਮਾਰਕ ਨਹੀਂ ਪੁੱਛਿਆ, ਕੋਈ ਵਿਸਮੈ ਨਹੀਂ, ਕੋਈ ਹੈਰਾਨੀ ਨਹੀਂ ਹੈਗੀ, ਠੀਕ ਹੈ। ਦੂਜੇ ਤੋਂ ਦੇਖੋ ਕੀ ਕਹਿੰਦੇ ਆ, ਕਹਿੰਦੇ ਪ੍ਰਸ਼ਨਵਾਚਕ ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਆਉਂਦਾ ਹੈ। ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿੱਥੇ ਆਪਾਂ ਕੁਐਸਚਨ ਪੁੱਟ ਕਰਦੇ ਹਾਂ ਜਾਂ ਕੁਐਸਚਨ ਪੁੱਛਦੇ ਹਾਂ, ਉੱਥੇ ਕੀ ਲਾਸਟ 'ਤੇ ਕੀ ਲੱਗਦਾ, ਪ੍ਰਸ਼ਨ ਚਿੰਨ੍ਹ ਆਉਂਦਾ ਹੈ। ਪਰ ਜਦੋਂ ਕੋਈ ਪ੍ਰਸ਼ਨਵਾਚਕ ਵਾਕ ਅਧੀਨ ਉਪਵਾਕ ਵਜੋਂ ਆਉਂਦਾ ਹੈ ਤਾਂ ਉਸ ਪਿੱਛੋਂ ਪ੍ਰਸ਼ਨਵਾਚਕ ਚਿੰਨ੍ਹ ਦੀ ਥਾਂ ਕੀ ਆਉਂਦੀ ਹੈ, ਡੰਡੀ। ਦੇਖੋ ਆ, ਤੁਹਾਨੂੰ ਪਤਾ ਨਹੀਂ ਲੱਗਣਾ ਵੀ ਮੈਂ ਕੀ ਬੋਲਿਆ। ਅਧੀਨ ਉਪਵਾਕ ਕੀ ਹੁੰਦਾ, ਅਧੀਨ ਦਾ ਮਤਲਬ ਕੀ ਹੁੰਦਾ, ਜਦੋਂ ਕੀ ਆ ਕੋਈ ਕਿਸੇ ਦੇ ਅੰਡਰ ਕੰਮ ਕਰਦਾ। ਲਾਈਕ ਦੇਖੋ, ਇੱਥੇ ਇਗਜ਼ਾਮਪਲ ਦਿੱਤੀ ਹੋਈ ਹੈ, ਕਹਿੰਦੇ ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਇਹ ਸਵਾਲ ਕਿਵੇਂ ਕੱਢਿਆ। ਕਹਿੰਦਾ ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਇਹ ਸਵਾਲ ਕਿਵੇਂ ਕੱਢਿਆ। ਹੁਣ ਦੇਖੋ, ਮੈਂ ਜਾਣਨਾ ਚਾਹੁੰਦਾ ਹੈ ਤਾਂ ਇਹ ਵੀ ਹੈ, ਇਹਦੇ ਪਿੱਛੇ ਵੀ ਦੇਖੋ, ਇੱਥੋਂ ਸ਼ੁਰੂ ਜੇ ਆਪਾਂ ਕਰੀਏ ਤਾਂ ਇਹ ਕਿਹੜਾ ਗਾ, ਕੁਐਸਚਨ ਮਾਰਕ ਵਾਲਾ, ਕੁਐਸਚਨ ਮਾਰਕ ਵਾਲਾ। ਪਰ ਇਹ ਕੀ ਹੈ, ਇਹ ਜਿਹੜਾ ਪਹਿਲਾ ਵਾਕ ਹੈ ਉਹਦੇ ਕੀ ਅਧੀਨ ਹੈ, ਆਹ ਵਾਲਾ ਜਿਹੜਾ ਵਾਕ ਹੈ, ਜਿਹੜਾ ਦਿੱਤਾ ਹੋਇਆ ਵਾਕ ਆਪਾਂ ਨੂੰ ਆ ਸੀ, ਇਹ ਜਿਹੜਾ ਵਾਕ ਹੈਗਾ, ਜਿਹੜਾ ਆਹ ਵਾਲਾ ਵਾਕ ਜਿੱਥੋਂ ਦੀ ਮੈਂ ਤੁਹਾਨੂੰ ਬਾਕਸ ਬਣਾਇਆ, ਇਹ ਉਹਦੇ ਅਧੀਨ ਹੈ, ਇਸ ਦੇ ਅਧੀਨ ਹੈ। ਸਮਝ ਆਈ ਤੁਹਾਨੂੰ ਗੱਲ? ਉਸ ਤੋਂ ਬਾਅਦ ਕਿ ਬਾਬਾ ਜੀ ਨੂੰ ਪਤਾ ਨਹੀਂ ਕਿ ਮੈਂ ਕਿਹੜੇ ਸੈਕਸ਼ਨ ਵਿੱਚ ਪੜ੍ਹਦਾ, ਹੁਣ ਕਿਹੜੇ ਲੱਗਿਆ, ਜਿਵੇਂ ਹੈ ਨਾ, ਇੱਕ ਆਦੀਆਂ ਨਿਸ਼ਾਨੀਆਂ ਨੇ, ਲਾਈਕ ਜਿਵੇਂ ਕਿਹੜਾ ਹੋ ਗਿਆ, ਕਿਵੇਂ ਹੋ ਗਿਆ, ਹੈ ਨਾ, ਇਹ ਸਾਰੇ ਆਪਾਂ ਨੂੰ ਪਤਾ ਵੀ ਕਿ ਸਵਾਲ ਪੁੱਛਣ ਲਈ ਹੈ, ਪਰ ਫਿਰ ਵੀ ਆਪਾਂ ਕੀ ਲਾਏ, ਡੰਡੀ। ਇਹ ਰੂਲ ਹੈ ਕਿ ਜਦੋਂ ਅਧੀਨ ਆ ਜਾਏ ਤਾਂ ਉੱਥੇ ਕੀ ਆਪਾਂ ਡੰਡੀ ਲਗਾਵਾਂਗੇ, ਕੁਐਸਚਨ ਮਾਰਕ ਨਹੀਂ ਲਗਾਵਾਂਗੇ, ਠੀਕ ਹੈ। ਹੁਣ ਦੇਖੋ, ਕੁਛ ਨੋਟ ਕਰਨ ਵਾਲੀ ਗੱਲ ਹੈ, ਇਹ 'ਚ ਕੁਐਸਚਨ ਬਣ ਸਕਦਾ। ਕਹਿੰਦੇ ਗੁਰਬਾਣੀ ਦੀ ਤੁੱਕ ਪਿੱਛੋਂ ਦੋ ਡੰਡੀਆਂ ਦਾ ਵਿਸਰਾਮ ਚਿੰਨ੍ਹ ਆਉਂਦਾ ਹੈ, ਜਿਵੇਂ ਦੇਖੋ ਆ ਦਿੱਤੀ ਹੋਈ ਆ ਲਾਈਨ, ਦਿੱਤੀ ਹੋਈ ਹੈ ਗੁਰਬਾਣੀ ਦੀ, ਠੀਕ ਹੈ। ਗੁਰਬਾਣੀ ਦੀ ਕੀ ਹੈ, ਲਾਈਨ ਦਿੱਤੀ ਹੋਈ ਹੈ, ਅਤੇ ਇਹ ਜਦੋਂ ਤੁਸੀਂ ਲਾਈਨ ਪੜੋਗੇ, ਠੀਕ ਹੈ, ਰੂਲ ਰੈਗੂਲੇਸ਼ਨ ਹੁੰਦੇ ਆ, ਸਿਰ ਢੱਕ ਕੇ ਪੜ੍ਹਨੇ ਚਾਹੀਦੇ ਆ ਇਹੋ ਜਿਹੀਆਂ ਚੀਜ਼ਾਂ, ਹੈ ਨਾ, ਗੁਰਬਾਣੀ ਦੀਆਂ ਨੇ।
ਅਤੇ ਦੇਖੋ ਧਿਆਨ ਨਾਲ ਮੈਂ ਪੜ੍ਹਾਂਗੀ ਨਹੀਂ ਕਿਉਂਕਿ ਮੇਰਾ ਸਿਰ ਨਹੀਂ ਟੱਕਿਆ ਹੋਇਆ। ਅਤੇ ਇਹਦੇ ਵਿੱਚ ਕੀ ਹੈ, ਦੋ ਡੰਡੀਆਂ ਲੱਗੀਆਂ ਨੇ, ਕੀ ਲੱਗੀਆਂ ਨੇ, ਦੋ ਡੰਡੀਆਂ। ਇਹ ਨੋਟ ਕਰਨ ਵਾਲੀ ਗੱਲ ਹੈ ਕਿ ਗੁਰਬਾਣੀ ਦੀ ਤੁੱਕ ਪਿੱਛੋਂ ਕੀ ਹੈ, ਦੋ ਡੰਡੀਆਂ ਦਾ ਵਿਸ਼ਰਾਮ ਚਿੰਨ੍ਹ ਆਉਂਦਾ ਹੈ। ਉਸ ਤੋਂ ਬਾਅਦ ਆ ਜਾਓ ਪ੍ਰਸ਼ਨ ਚਿੰਨ੍ਹ ਵਾਚਕ, ਅੱਗੇ ਕਿ ਪ੍ਰਸ਼ਨ ਚਿੰਨ੍ਹ, ਠੀਕ ਹੈ। ਪ੍ਰਸ਼ਨ ਚਿੰਨ੍ਹ ਦੇ ਵਿੱਚ ਕਿ ਜਿਸ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਵੇ, ਆਪਾਂ ਨੂੰ ਪਤਾ ਹੀ ਹੈ ਕੀ ਪੁੱਛਿਆ ਜਾਵੇ, ਪ੍ਰਸ਼ਨ, ਉਸ ਵਾਕ ਦੇ ਅੰਤ ਵਿੱਚ ਕੀ ਲੱਗਦਾ, ਪ੍ਰਸ਼ਨ ਚਿੰਨ੍ਹ ਲਾਇਆ ਜਾਂਦਾ ਹੈ। ਜਿਵੇਂ ਸਕੂਲ ਨੂੰ ਛੁੱਟੀ ਕਦੋਂ ਹੁੰਦੀ ਹੈ, ਸਕੂਲ ਨੂੰ ਛੁੱਟੀ ਕਦੋਂ ਹੁੰਦੀ ਹੈ, ਤੁਹਾਡੀ ਪ੍ਰੀਖਿਆ ਕਿਹੜੀ ਤਰੀਕ ਤੋਂ ਸ਼ੁਰੂ ਹੋ ਰਹੀ ਹੈ। ਹੁਣ ਆਪਾਂ ਨੂੰ ਕੀ ਸਵਾਲ ਪੁੱਛੇ ਜਾ ਰਹੇ ਨੇ, ਕੀ ਹੈ ਸਵਾਲ, ਸਵਾਲ ਦਾ ਆਪਾਂ ਕੀ ਕਰ ਰਹੇ ਹਾਂ, ਜਵਾਬ ਦੇਵਾਂਗੇ ਹੁਣ ਇੱਥੇ, ਠੀਕ ਹੈ। ਉਸ ਤੋਂ ਬਾਅਦ ਕੀ ਕਹਿੰਦੇ, ਨੋਟ ਕਰਨ ਵਾਲੀ ਗੱਲ ਹੈ, ਕਹਿੰਦੇ ਡੰਡੀ ਦੀ ਵਰਤੋਂ ਬਾਰੇ ਪਹਿਲੇ ਦੱਸਿਆ ਗਿਆ ਸੀ ਕਿ ਜਿਸ ਮਿਸ਼ਰਤ ਵਾਕ ਵਿੱਚ ਅਧੀਨ ਪ੍ਰਸ਼ਨਵਾਚਕ ਵਾਕ ਆਉਂਦਾ ਹੋਵੇ, ਉਸ ਵਾਕ ਪਿੱਛੋਂ ਕਿ ਪ੍ਰਸ਼ਨ ਚਿੰਨ੍ਹ ਨਹੀਂ ਲਾਇਆ ਜਾਂਦਾ। ਮਿਸ਼ਰਤ ਵਾਕ ਪੜ੍ਹੇ ਆਪਾਂ ਪਿੱਛੇ, ਜਿੱਥੇ ਆਪਾਂ ਸਵਾਲ ਤਾਂ ਪੁੱਛਿਆ ਸੀ ਪਰ ਅਧੀਨ ਸੀ, ਉਹ ਜਿਹੜਾ ਸਵਾਲ ਸੀ ਉਹ ਅਧੀਨ ਸੀ ਦੂਜੇ ਵਾਕ 'ਤੇ, ਹੈ ਨਾ, ਅਤੇ ਉਹ ਮਿਸ਼ਰਤ ਵਾਕ ਸੀ, ਤੁਹਾਨੂੰ ਵੀ ਪਤਾ ਹੈ ਸਾਰੀ ਚੀਜ਼। ਕਹਿੰਦੇ ਉਦੋਂ ਕੀ ਹੈ, ਉਸ ਵਾਕ ਪਿੱਛੋਂ ਪ੍ਰਸ਼ਨ ਚਿੰਨ੍ਹ ਨਹੀਂ ਲਾਇਆ ਜਾਂਦਾ, ਪਰ ਜੇ ਸਾਰਾ ਮਿਸ਼ਰਤ ਵਾਕ ਹੀ ਪ੍ਰਸ਼ਨਵਾਚਕ ਵਾਕ ਹੋਵੇ ਤਾਂ ਅੰਤ ਵਿੱਚ ਕੀ ਹੈ, ਪ੍ਰਸ਼ਨ ਚਿੰਨ੍ਹ ਲੱਗਦਾ ਹੈ। ਕਹਿੰਦੇ ਜੇ ਪੂਰਾ ਦਾ ਪੂਰਾ ਵਾਕ ਹੀ ਕੀ ਹੈ, ਪ੍ਰਸ਼ਨਾਂ ਨਾਲ ਭਰਿਆ ਪਿਆ, ਉੱਥੇ ਕੀ ਹੈ, ਪ੍ਰਸ਼ਨ ਚਿੰਨ੍ਹ ਜ਼ਰੂਰ ਲੱਗੇਗਾ। ਕੀ ਹੈ, ਕੀ ਤੂੰ ਜਾਣਦਾ ਹੈ ਕਿ ਮੁੱਖ ਅਧਿਆਪਕ ਜੀ ਦਾ ਘਰ ਕਿਹੜਾ ਹੈ। ਹੁਣ ਕਿਹੜਾ ਹੋ ਗਿਆ ਅਤੇ ਕੀ ਹੋ ਗਿਆ, ਦੋਨੇ ਕੀ ਹੈ, ਪ੍ਰਸ਼ਨ ਪੁੱਛਣ ਲਈ ਵਰਤੇ ਜਾਂਦੇ। ਮਤਲਬ ਇੱਥੇ ਕੀ ਹੈ, ਕੁਸ਼ਚਨ ਮਾਰਕ ਜ਼ਰੂਰ ਆਏਗਾ। ਕੀ ਆਏਗਾ, ਕੁਸ਼ਚਨ ਮਾਰਕ ਜ਼ਰੂਰ ਆਏਗਾ, ਪ੍ਰਸ਼ਨਵਾਚਕ ਪ੍ਰਸ਼ਨ ਚਿੰਨ੍ਹ ਜ਼ਰੂਰ ਆਏਗਾ, ਠੀਕ ਹੈ। ਇਹ ਤੱਕ ਸਮਝ ਆਈ। ਉਸ ਤੋਂ ਬਾਅਦ ਕੀ ਹੈ, ਕਹਿੰਦੇ ਜੇ ਪ੍ਰਸ਼ਨ ਆਗਿਆਵਾਚਕ ਵਾਕ ਹੋਵੇ ਤਾਂ ਉਸ ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਨਹੀਂ ਲੱਗਦਾ। ਕੀ ਨਹੀਂ ਲੱਗਦਾ, ਪ੍ਰਸ਼ਨ ਚਿੰਨ੍ਹ ਨਹੀਂ ਲੱਗਦਾ। ਜਿਵੇਂ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਦਾ ਨਾਂ ਦੱਸੋ। ਹੁਣ ਆਗਿਆਵਾਚਕ ਵਾਕ ਕਿਹੜੇ ਹੁੰਦੇ ਨੇ, ਕੀ ਹੁੰਦੇ ਨੇ ਆਗਿਆਵਾਚਕ ਵਾਕ, ਦੇਖੋ ਆਪਾਂ ਪੜ੍ਹਿਆ, ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਦਾ ਨਾਂ ਦੱਸੋ ਹੋਵੇ, ਮਤਲਬ ਇਹਦੇ ਵਿੱਚ ਆਪਾਂ ਨੂੰ ਪਤਾ ਲੱਗ ਰਿਹਾ ਆਗਿਆਵਾਚਕ ਦਾ ਮਤਲਬ ਕਿ ਆਪਾਂ ਨੂੰ ਪਤਾ ਲੱਗ ਰਿਹਾ ਵੀ ਇਹਦੇ ਵਿੱਚ ਕੀ ਹੈ, ਡੋਮੀਨੈਂਸੀ ਜੀ ਦਿਖਾਈ ਗਈ ਹੈ। ਕੀ ਦਿਖਾਈ ਗਈ ਹੈ, ਡੋਮੀਨੈਂਸੀ। ਉਸ ਤੋਂ ਬਾਅਦ ਕੀ ਹੈ ਆਪਣੇ ਕੋਲ, ਵਿਸਮਿਕ ਚਿੰਨ੍ਹ। ਉਸ ਤੋਂ ਬਾਅਦ ਕੀ ਹੈ, ਵਿਸਮਿਕ ਚਿੰਨ੍ਹ, ਇਹ ਚਿੰਨ੍ਹ ਖੁਸ਼ੀ, ਗਮੀ, ਹੈਰਾਨੀ, ਭੈ, ਪ੍ਰਸੰਸਾ ਆਦਿ ਦੇ ਭਾਵ ਪ੍ਰਗਟ ਕਰਨ ਵਾਲੇ ਸ਼ਬਦ, ਵਾਕੰਸ਼ ਜਾਂ ਵਾਕਾਂ ਵਾਕ ਤੋਂ ਪਿੱਛੋਂ ਆਉਂਦਾ ਹੈ। ਦੇਖੋ ਆਪਾਂ ਵਿਸਮਿਕ ਚਿੰਨ੍ਹ ਵੀ ਕੀਤੇ ਸੀ, ਹੈ ਨਾ, ਠੀਕ ਹੈ। ਕਹਿੰਦੇ ਜਦੋਂ ਆਪਾਂ ਕੀ ਪ੍ਰਗਟ ਕਰਨਾ ਹੋਵੇ, ਖੁਸ਼ੀ, ਗਮੀ, ਹੈਰਾਨੀ ਜਾਂ ਭੈ ਜਾਂ ਕਹਿੰਦੇ ਡਰ ਵਗੈਰਾ, ਹੈ ਨਾ, ਡਰ ਜਾਂ ਪ੍ਰਸ਼ੰਸਾ ਕੁਛ ਵੀ ਹੈ, ਹੈ ਨਾ, ਉਨ ਜਦੋਂ ਆਪਾਂ ਪ੍ਰਗਟ ਕਰਦੇ ਹਾਂ ਵਾਕ ਦੇ ਵਿੱਚ ਜਾਂ ਸ਼ਬਦ ਦੇ ਵਿੱਚ, ਹੈ ਨਾ, ਉਹ ਕੀ ਹੁੰਦੇ, ਵਿਸਮਿਕ ਚਿੰਨ੍ਹ। ਪਹਿਲੀ ਤਾਂ ਇਹ ਚੀਜ਼ ਸਮਝ ਆ ਗਈ, ਜਿਵੇਂ ਮੰਮੀ, ਵੀਰਾ ਆ ਗਿਆ ਏ, ਹੁਣ ਪਿੱਛੇ ਇਹਦੇ ਕੀ ਲੱਗਿਆ ਹੋਊ, ਇਹਦੀ ਪਹਿਚਾਣ ਕੇ ਪਿੱਛੇ ਆਹ ਵਾਲਾ ਚਿੰਨ੍ਹ ਲੱਗਿਆ ਹੋਊਗਾ, ਪਿੱਛੇ ਕੀ ਚਿੰਨ੍ਹ ਲੱਗਿਆ ਹੋਊ, ਆਹ ਵਾਲਾ। ਕਹਿੰਦੇ ਕਿ ਮੰਮੀ ਵੀਰਾ ਆ ਗਿਆ ਏ, ਖੁਸ਼ੀ ਦੇ ਵਿੱਚ ਕਹਿ ਰਹੀ ਹੈ, ਹਾਏ ਮੇਰੇ ਚੰਨ ਪੁੱਤ ਨੂੰ ਕੀ ਹੋ ਗਿਆ, ਹੈ ਨਾ, ਇਹ ਦੁੱਖ ਦੇ ਵਿੱਚ ਕਹਿ ਰਹੀ ਹੈ, ਹੈ ਇਸਤਰੀ ਨੇ ਡਾਕੂ ਮਾਰ ਭਜਾ ਦਿੱਤੇ, ਹੈਰਾਨੀ, ਕੀ ਹੈ, ਹੈਰਾਨੀ ਦੀ ਗੱਲ ਕਰ ਰਹੇ ਇੱਥੇ। ਉਸ ਤੋਂ ਬਾਅਦ ਕੀ ਹੈ, ਬਈ ਵਾਹ, ਕਮਾਲ ਕਰ ਦਿੱਤਾ ਹੈ, ਬਹਾਦੁਰ ਕੁੜੀ ਨੇ, ਹੁਣ ਹੈਰਾਨੀ ਵੀ ਹੈ ਅਤੇ ਪ੍ਰਸੰਸਾ ਵੀ ਹੈ, ਮਤਲਬ ਪ੍ਰਸ਼ੰਸਾ ਵੀ ਆਪਾਂ ਕਰ ਰਹੇ, ਪ੍ਰੇਜ਼ ਕਰ ਰਹੇ ਹਾਂ। ਮਾਰ ਘੱਤਿਆ ਹੋਏ, ਮਤਲਬ ਡਰ, ਇੱਕੋਦਮ ਡਰ ਕੇ ਕਹਿਣਾ। ਉਸ ਤੋਂ ਬਾਅਦ ਕੀ ਹੈ, ਦੇਖੋ ਧਿਆਨ ਨਾਲ, ਕਹਿੰਦੇ ਜਿਸ ਵਾਕ ਦੇ ਅੰਤ ਵਿੱਚ ਵਿਸਮਿਕ ਚਿੰਨ੍ਹ ਲੱਗਦਾ, ਉੱਥੇ ਡੰਡੀ ਜਾਂ ਪ੍ਰਸ਼ਨ ਚਿੰਨ੍ਹ ਨਹੀਂ ਲੱਗਦਾ। ਜਿੱਥੇ ਵਿਸਮਿਕ ਚਿੰਨ੍ਹ ਆਊਗਾ, ਉੱਥੇ ਕੀ ਹੈ, ਡੰਡੀ ਵੀ ਨਹੀਂ ਲੱਗਦੀ ਅਤੇ ਪ੍ਰਸ਼ਨ ਚਿੰਨ੍ਹ ਵੀ ਲੱਗਦਾ। ਦੂਜੇ ਪਾਸੇ ਕੀ ਹੈ, ਵਿਸਮਿਕ ਚਿੰਨ੍ਹ ਦੀ ਵਰਤੋਂ ਬਾਰੇ ਇੱਕ ਮੋਟਾ ਨਿਯਮ ਹੈ ਕਿ ਜਿਹੜਾ ਸ਼ਬਦ, ਵਾਕੰਸ਼ ਜਾਂ ਵਾਕ ਕਿਸੇ ਤੀਵਰ ਭਾਵ, ਤੀਵਰ ਭਾਵ ਮਤਲਬ ਇੱਕੋਦਮ ਜਿਹੜੇ ਆਪਣੇ ਮਨ ਦੇ ਵਿੱਚ ਆਉਂਦੇ ਆ ਨਾ ਭਾਵ, ਉਹਨਾਂ ਨੂੰ ਪ੍ਰਗਟ ਕਰਦਾ ਹੈ, ਉਸ ਪਿੱਛੋਂ ਇਹ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ, ਹੈ ਨਾ। ਕਹਿੰਦੇ ਕਈ ਵਾਰੀ ਅਤਿ ਤੀਵਰ ਭਾਵ ਜਾਂ ਜਜ਼ਬੇ ਦੇ ਪ੍ਰਗਟਾ ਲਈ ਵਰਤੇ ਸ਼ਬਦ, ਵਾਕੰਸ਼ ਜਾਂ ਭਾਕ ਦੇ ਤੋਂ ਪਿੱਛੋਂ ਵਿਸਮਿਕ ਚਿੰਨ੍ਹ ਦੋ ਜਾਂ ਤਿੰਨ ਵਾਰੀ ਲਿਖਿਆ ਜਾਂਦਾ ਹੈ। ਜਿਵੇਂ
ਹੈ ਹੈ ਇਹ ਕੀ ਪਾਣਾ ਵਰਤ ਗਿਆ? ਮਤਲਬ ਜਿਹਦੇ ਵਿੱਚ ਜ਼ਿਆਦਾ ਆਪਾਂ ਕੀ ਦਿਖਾਉਣਾ, ਜ਼ਿਆਦਾ ਤੀਵਰਤਾ ਦਿਖਾਉਣੀ ਹੈ, ਤਾਂ ਉੱਥੇ ਕੀ ਹੈ ਇੱਕ ਤੋਂ ਵੱਧ ਵੀ ਵਿਸਮਿਕ ਚਿੰਨ੍ਹ ਲੱਗ ਜਾਂਦੇ ਨੇ, ਹੈ ਨਾ। ਉਸ ਤੋਂ ਬਾਅਦ ਹੈ ਕੌਮਾ, ਜਿਹਨੂੰ ਆਪਾਂ ਕੌਮਾ ਕਹਿ ਦਿੰਦੇ ਹਾਂ। ਕਹਿੰਦੇ ਇਸ ਨੂੰ ਅਲਪ ਵਿਰਾਮ ਚਿੰਨ੍ਹ ਕਹਿੰਦੇ ਨੇ। ਅਲਪ ਕੀ ਹੁੰਦਾ ਗਾ? ਥੋੜ੍ਹਾ ਜਿਹਾ ਵਿਰਾਮ। ਅਲਪ ਦਾ ਮਤਲਬ ਕਿ ਬਹੁਤ ਥੋੜ੍ਹਾ ਜਿਹਾ ਠਹਿਰਾ ਜਾਂ ਥੋੜ੍ਹਾ ਜਿਹਾ ਰੁਕਣਾ, ਹੈ ਨਾ। ਕਹਿੰਦੇ ਜਦੋਂ ਕਿਸੇ ਵਾਕ ਵਿੱਚ, ਹੁਣ ਧਿਆਨ ਨਾਲ ਸਮਝਣ ਵਾਲੀ ਗੱਲ ਹੈ, ਇਹਦੇ ਵਿੱਚ ਬੱਚੇ ਹਮੇਸ਼ਾ ਬਹੁਤ ਜ਼ਿਆਦਾ ਡਰ ਜਾਂਦੇ ਨੇ ਕਿ ਕੀ ਕਿੱਥੇ ਲਾਉਣਾ ਕਿੱਥੇ ਨਹੀਂ, ਹੈ ਨਾ। ਕਹਿੰਦੇ ਪਹਿਲਾ ਰੂਲ ਕਿ ਜਦੋਂ ਕਿਸੇ ਵਾਕ ਵਿੱਚ ਇੱਕ ਸ਼੍ਰੇਣੀ ਦੇ ਦੋ ਤੋਂ ਵੱਧ ਸ਼ਬਦ ਇਕੱਠੇ ਆਉਣ ਤਾਂ ਉੱਥੇ ਕੀ ਹੈ ਇੱਕ ਦੂਜੇ ਨੂੰ ਨਿਖੇੜਨ ਲਈ ਕੀ ਲਾਇਆ ਜਾਂਦਾ ਹੈ? ਕੌਮਾ ਲਾਇਆ ਜਾਂਦਾ। ਜਿਵੇਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ, ਹੁਣ ਆਪਾਂ ਨੂੰ ਪਤਾ ਲੱਗੇ ਜਾਂਦਾ ਕੀ ਇਹ ਸ਼ਹਿਰਾਂ ਦੇ ਨਾਮ ਨੇ। ਮੈਨੂੰ ਪਤਾ ਹੈ ਲੱਡੂ, ਜਲੇਬੀ, ਗੁਲਾਬ ਜਾਮੁਨ, ਰਸਗੁੱਲਾ, ਇਹ ਵੀ ਕੀ ਨੇ? ਬਰਫੀਆਂ ਦੇ ਨਾਮ ਨੇ, ਮਤਲਬ ਸਵੀਟਸ ਦੇ ਨੇਮ ਨੇ, ਮਿਠਾਈਆਂ ਦੇ ਨਾਮ ਨੇ। ਹੁਣ ਹੈ ਤਾਂ ਸੇਮ ਚੀਜ਼ਾਂ ਨੇ ਨਾ। ਦੇਖੋ ਇਹੀ ਚੀਜ਼ ਕਿਹਾ ਨਾ ਇਹਨਾਂ ਨੇ, ਜਦੋਂ ਵਾਕ ਵਿੱਚ ਇੱਕ ਸ਼੍ਰੇਣੀ ਦੇ, ਇੱਕੋ ਸ਼੍ਰੇਣੀ ਦੇ, ਠੀਕ ਹੈ। ਉਸ ਤੋਂ ਬਾਅਦ ਅੱਗੇ ਆ ਜਾਓ, ਕਹਿੰਦੇ ਇੱਕ ਸ਼੍ਰੇਣੀ ਦੇ ਅੰਤਲੇ ਦੋ ਸ਼ਬਦਾਂ ਜਾਂ ਵਾਕਸ਼ਾਂ ਵਿਚਕਾਰ ਕੌਮਾ ਲਾਉਣ ਦੀ ਥਾਂ 'ਤੇ ਜਾਂ ਅਤੇ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਆਪਾਂ ਕੀ ਕਰਦੇ ਹਾਂ, ਦੋ ਜਿਵੇਂ ਲੱਡੂ, ਜਲੇਬੀ, ਆਪਾਂ ਉੱਥੇ ਕੀ ਲਾ ਦਿੰਦੇ ਹਾਂ? ਐਵੇਂ ਲਗਾ ਦਿੰਦੇ ਹਾਂ ਅਤੇ ਪੂਰਾ ਨਹੀਂ ਪਾਉਂਦੇ, ਕੌਮਾ ਪਾ ਕੇ ਆਹ ਵਾਲਾ, ਸੋਰੀ ਆਹ ਵਾਲਾ ਦੇਖੋ, ਅਤੇ ਐਵੇਂ ਆਪਾਂ ਪਾ ਦਿੰਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਅੱਗੇ ਆ ਜਾਓ, ਕਹਿੰਦੇ ਵਾਕ ਵਿੱਚ ਦੋ ਤੋਂ ਵੱਧ ਵਾਕੰਸ਼ਾਂ ਵਿਚਕਾਰ ਵੀ ਕੌਮਾ ਲਾਇਆ ਜਾਂਦਾ ਹੈ, ਪਰ ਅੰਤਲੇ ਦੋ ਵਾਕੰਸ਼ਾਂ ਵਿਚਕਾਰ ਤੇ ਜਾਂ ਅਤੇ ਨਹੀਂ ਲੱਗਦਾ। ਜਿਵੇਂ ਮੇਲੇ ਵਿੱਚ ਪੁਰਖ ਅਤੇ ਇਸਤਰੀਆਂ, ਵਿਆਹੇ ਅਤੇ ਕੁਆਰੇ, ਬੱਚੇ ਅਤੇ ਬੁੱਢੇ, ਮੁੰਡੇ ਅਤੇ ਕੁੜੀਆਂ, ਸਾਰੇ ਕੀ ਨੇ? ਖੁਸ਼ ਖੁਸ਼ ਘੁੰਮ ਰਹੇ ਹਨ। ਕੀ ਘੁੰਮ ਰਹੇ ਨੇ? ਖੁਸ਼ ਖੁਸ਼ ਘੁੰਮ ਰਹੇ ਨੇ, ਠੀਕ ਹੈ। ਹੁਣ ਜਿਹੜੀ ਗੱਲ ਇਹਨਾਂ ਨੇ ਕਹੀ ਸੀ, ਕਹਿੰਦੇ ਵਾਕ ਵਿੱਚ ਦੋ ਤੋਂ ਵੱਧ ਵਾਕੰਸ਼ਾਂ ਵਿਚਕਾਰ ਵੀ ਕੌਮਾ ਲਾਇਆ ਜਾਂਦਾ ਹੈ, ਪਰ ਅੰਤਲੇ ਦੋ ਵਾਕੰਸ਼ਾਂ ਵਿਚਕਾਰ ਤੇ ਜਾਂ ਅਤੇ ਨਹੀਂ ਲੱਗਦਾ, ਠੀਕ ਹੈ। ਇੰਨੀ ਗੱਲ ਸਮਝ ਆਈ ਤੁਹਾਨੂੰ? ਉਸ ਤੋਂ ਬਾਅਦ ਅੱਗੇ ਚੱਲੋ, ਕਹਿੰਦੇ ਸੰਬੋਧਕ ਸ਼ਬਦਾਂ ਪਿੱਛੋਂ ਕੌਮਾ ਵਰਤਿਆ ਜਾਂਦਾ ਹੈ। ਜਿਹੜੇ ਸੰਬੋਧਕ ਸ਼ਬਦ ਜਿਵੇਂ ਮਾਸਟਰ ਜੀ, ਅਧਿਆਪਕ ਜੀ, ਅੜੀਏ, ਸਾਥੀਓ, ਹੁਣ ਇਹਨਾਂ ਦੇ ਪਿੱਛੇ ਕੀ ਲੱਗੇ ਹੋ? ਕੌਮਾ। ਆਪਾਂ ਸੰਬੋਧਨ ਦੇ ਰਹੇ ਹਾਂ, ਮਤਲਬ ਰਿਸਪੈਕਟ ਦੇ ਰਹੇ ਹਾਂ। ਕੀ ਕਰ ਰਹੇ ਹਾਂ? ਰਿਸਪੈਕਟ ਦੇ ਰਹੇ ਹਾਂ। ਉਸ ਤੋਂ ਬਾਅਦ ਕੀ ਹੈ, ਕਹਿੰਦੇ ਅੱਗੇ ਤੀਜਾ ਰੂਲ ਕੀ ਹੈ, ਜਿੱਥੇ ਯੋਜਕ ਲੁਪਤ ਹੋਣ ਉੱਥੇ ਕੌਮਾ ਵਰਤਿਆ ਜਾਂਦਾ ਹੈ। ਜਿਵੇਂ ਖੇਤੀ ਮਸ਼ੀਨੀ ਹੋ ਗਈ ਹੈ, ਥਾਂ ਥਾਂ ਟਿਊਬਵੈੱਲਾਂ ਅਤੇ ਟਰੈਕਟਰ ਚੱਲ ਰਹੇ ਹਨ, ਪਿੰਡਾਂ ਦੀ ਨੁਹਾਰ ਬਦਲ ਗਈ ਹੈ। ਦੇਖੋ ਕਈ ਵਾਰੀ ਤੁਸੀਂ ਦੇਖਿਆ ਹੋਣਾ ਕੋਈ ਕੋਟੇਸ਼ਨ ਲਿਖੀ ਹੁੰਦੀ, ਉੱਥੇ ਵੀ ਇਹੋ ਜਿਹੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ, ਉੱਥੇ ਕੌਮਾ ਲੱਗਿਆ ਹੋਇਆ। ਦੇਖੋ ਕੌਮਾ ਲੱਗਿਆ ਹੋਇਆ, ਇੱਥੇ ਯੋਜਕ ਨਹੀਂ ਲੱਗਿਆ ਹੋਇਆ। ਅੱਗੇ ਆ ਜਾਓ, ਕਹਿੰਦੇ ਸਗੋਂ, ਪਰ, ਇਸ ਲਈ, ਇਸ ਕਰਕੇ, ਤਾਂ ਵੀ ਆਦਿ ਯੋਜਕਾਂ ਤੋਂ ਪਹਿਲਾਂ ਵੀ ਕਈ ਵਾਰੀ ਕੌਮਾ ਵਰਤਿਆ ਜਾਂਦਾ ਹੈ। ਜਿਵੇਂ ਮੇਰੀ ਭੈਣ ਦਾ ਵਿਆਹ ਹੈ, ਇਸ ਲਈ ਮੈਂ ਸਕੂਲ ਵਿੱਚ ਹਾਜ਼ਰ ਨਹੀਂ ਹੋ ਸਕਦਾ, ਅਤੇ ਤੂੰ ਸਕੂਲ ਵਿੱਚੋਂ ਪਹਿਲੇ ਨੰਬਰ 'ਤੇ ਹੈ, ਪਰ ਡਿਵੀਜ਼ਨ ਦੂਜੀ ਹੀ ਹੈ। ਸਮਝ ਆਈ? ਮਤਲਬ ਕੌਮੇ ਦੀ ਵਰਤੋਂ ਹੋ ਗਈ ਹੈ। ਕਹਿੰਦੇ ਕਈ ਵਾਰੀ ਕਿ ਸਗੋਂ, ਪਰ, ਇਸ ਲਈ, ਇਸ ਕਰਕੇ, ਤਾਂ ਵੀ ਆਦਿ ਯੋਜਕਾਂ ਤੋਂ ਪਹਿਲਾਂ ਵੀ ਕਈ ਵਾਰੀ ਕੀ ਲੱਗਦਾ? ਕੌਮਾ ਲੱਗ ਜਾਂਦਾ, ਠੀਕ ਹੈ। ਰੂਲ ਨੇ ਕੁਛ, ਉਸ ਤੋਂ ਬਾਅਦ ਕੀ ਨੇ, ਕਹਿੰਦੇ ਵਾਕ ਦੇ ਇੱਕ ਹਿੱਸੇ ਵਿੱਚ ਪੁੱਠੇ ਅਤੇ ਸਿੱਧੇ ਕੌਮਿਆਂ ਵਿੱਚ ਦਿੱਤੇ ਹੋ ਜਿਉਂ ਦੇ ਤਿਉਂ ਕਥਨ ਤੋਂ ਪਹਿਲਾਂ ਕੌਮਾ ਲਾਇਆ ਜਾਂਦਾ ਹੈ। ਜਿਵੇਂ ਕਹਿੰਦੇ ਕਥਨ ਕਿਵੇਂ, ਹੁਣ ਜਿਵੇਂ ਕਈ ਵਾਰੀ ਡੈਫੀਨੇਸ਼ਨਾਂ ਦਿੱਤੀਆਂ ਹੁੰਦੀਆਂ, ਆਪਾਂ ਐਜ਼ ਇਟ ਇਜ਼ ਹੀ ਲਿਖਣੇ ਦੋ ਕੌਮੇ ਵਾਲੀਆਂ, ਹੈ ਨਾ। ਜਿਵੇਂ ਬਲਜਿੰਦਰ ਨੇ ਕਿਹਾ, ਪਿਤਾ ਜੀ, ਮੈਂ ਜਮਾਤ ਵਿੱਚੋਂ ਫਸਟ ਆਈ ਹਾਂ। ਜਮਾਂ ਐਜ਼ ਇਟ ਇਜ਼ ਗੱਲ ਲਿਖਤੀ ਵੀ, ਜਿਵੇਂ ਉਹਨੇ ਕਹੀ ਸੀ ਉਵੇਂ ਹੀ ਗੱਲ ਲਿਖੀਗੀ, ਤਾਂ ਉੱਥੇ ਵੀ ਕੀ ਲੱਗਦਾ? ਕੌਮਾ। ਵਾਕ ਦੇ ਆਰੰਭ ਵਿੱਚ ਆਏ ਹਾਂਜੀ, ਨਾ ਜੀ, ਨਹੀਂ, ਅੱਛਾ ਆਦਿ ਸ਼ਬਦਾਂ ਤੋਂ ਪਿੱਛੋਂ ਕੌਮਾ ਲੱਗਦਾ। ਜਿਵੇਂ ਹਾਂਜੀ, ਦੇਖੋ ਗੱਲ ਖਤਮ ਹੋ ਗਈ, ਕੌਮਾ, ਨਹੀਂ, ਕੌਮਾ।
ਠੀਕ ਹੈ, ਇੰਨੀ ਚੀਜ਼ ਸਮਝ ਆਈ। ਉਸ ਤੋਂ ਬਾਅਦ ਹੈ, ਕਿਸੇ ਉਪਵਾਕ ਦੇ ਵਿਚਾਲੇ ਆਉਣ ਵਾਲੇ ਕਿਸੇ ਦੂਜੇ ਉਪਵਾਕ ਤੋਂ ਪਹਿਲਾਂ ਅਤੇ ਪਿੱਛੋਂ ਕੌਮਾ ਲਾਇਆ ਜਾਂਦਾ ਹੈ। ਜਿਵੇਂ ਪੰਜਵੇਂ ਗੁਰੂ ਜੀ ਦਾ ਸੁਭਾਅ ਜਿਵੇਂ ਤੁਸੀਂ ਜਾਣਦੇ ਹੀ ਹੋ ਸ਼ਾਂਤੀ ਅਤੇ ਨਿਮਰਤਾ ਵਾਲਾ ਸੀ। ਇਹ ਕਿਤਾਬ ਜਿਹੜੀ ਤੁਹਾਡੇ ਹੱਥ ਵਿੱਚ ਹੈ ਮੈਨੂੰ ਇਨਾਮ ਵਿੱਚ ਮਿਲੀ ਸੀ। ਅੱਗੇ ਕੀ ਹੈ ਕਹਿੰਦੇ, ਉਸ ਤੋਂ ਬਾਅਦ ਹੈ ਕਹਿੰਦੇ, ਜੇ ਵਾਕ ਦਾ ਉਦੇਸ਼ ਵਾਲਾ ਹਿੱਸਾ ਕਾਫੀ ਲੰਮਾ ਹੋਵੇ, ਉਦੇਸ਼ ਕੀ ਹੋਵੇ ਕਾਫੀ ਲੰਮਾ ਹੋਵੇ, ਤਾਂ ਉਸ ਪਿੱਛੋਂ ਕੀ ਹੈ ਕੌਮਾ ਲੱਗਦੇ। ਜਿਵੇਂ ਸਾਰੇ ਪੰਜਾਬ ਦੇ ਸਕੂਲਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਲੈਣ ਵਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਫ਼ਤਰ, ਠੀਕ ਹੈ, ਅੱਜ ਕੱਲ੍ਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਹੈ। ਕੀ ਹੈ, ਜਦੋਂ ਕਾਫੀ ਲੰਮਾ ਕੀ ਹੈ ਆਪਾਂ ਕਹਿੰਦੇ ਉਦੇਸ਼ ਵਾਲਾ ਜਿਹੜਾ ਪਾਰਟ ਹੈ ਉਹ ਕਾਫੀ ਲੰਮਾ ਹੋ ਜਾਏ ਤਾਂ ਉਦੋਂ ਵੀ ਕੀ ਲੱਗਦਾ, ਕੌਮਾ ਲੱਗਦਾ, ਠੀਕ ਹੈ। ਉਸ ਤੋਂ ਬਾਅਦ ਕੀ ਦੇਖੋ ਕਹਿੰਦੇ, ਕਿਸੇ ਵਾਕ ਜਾਂ ਉਪਵਾਕ ਦੇ ਵਿਚਾਲੇ ਆਉਣ ਵਾਲੇ ਵਾਕੰਸ਼ਾਂ ਨੂੰ ਵੀ ਇੰਜ ਹੀ ਅੱਗੇ ਤੋਂ ਅੱਗੇ ਅਤੇ ਪਿੱਛੇ ਕਾਮੇ ਲਾ ਕੇ ਨਿਖੇੜਿਆ ਜਾਂਦਾ ਹੈ। ਜਿਵੇਂ ਅਸੀਂ ਸਾਰੇ ਪਰਿਵਾਰ ਨੇ ਤੁਹਾਡੇ ਸੁਝਾਅ ਅਨੁਸਾਰ ਬਿਨਾਂ ਦਾਜ ਦਹੇਜ ਤੋਂ ਵਿਆਹ ਕਰਨ ਦਾ ਫੈਸਲਾ ਕਰ ਲਿਆ। ਇੰਨੀ ਕੁ ਤਨਖਾਹ ਨਾਲ ਅੱਜ ਦੀ ਮਹਿੰਗਾਈ ਵਿੱਚ ਗੁਜ਼ਾਰਾ ਕਰਨਾ ਬਹੁਤ ਔਖਾ ਹੈ, ਹੈ ਨਾ। ਇਹ ਕੁਝ ਇਗਜ਼ਾਮਪਲਾਂ ਸੀ। ਦੇਖੋ ਆਪਾਂ ਨੇ ਕੀ ਹੈ ਸਾਰੇ ਕਿਹਦੇ ਬਾਰੇ ਪੜ੍ਹਿਆ, ਕੌਮੇ ਬਾਰੇ। ਅਤੇ ਦੇਖੋ ਜਿਸ ਬਾਰੇ ਇੰਨੇ ਜ਼ਿਆਦਾ ਡੀਪ ਦੇ ਵਿੱਚ ਪੁੱਛਿਆ ਗਿਆ ਅਤੇ ਪੇਪਰ ਦੇ ਵਿੱਚ ਵੀ ਕੋਈ ਵੀ ਕੁਐਸਚਨ ਬਣ ਸਕਦਾ, ਤੁਸੀਂ ਇਹਨੂੰ ਧਿਆਨ ਨਾਲ ਪੜ੍ਹ ਲੈਣਾ। ਇਹਦੀ PDF ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਵਿੱਚ ਮਿਲ ਜਾਏਗੀ। ਅਤੇ ਉਸ ਤੋਂ ਬਾਅਦ ਕੀ ਹੈ ਬਿੰਦੀ ਕੌਮਾ, ਕੀ ਹੈ ਬਿੰਦੀ ਕੌਮਾ। ਦੇਖੋ ਬਹੁਤ ਜਗ੍ਹਾ ਤੁਸੀਂ ਪਾਇਆ ਦੇਖਿਆ ਹੋਣਾ, ਪਰ ਆਪਾਂ ਅਕਸਰ ਕੀ ਹੈ ਡੰਡੀ ਯੂਜ਼ ਕਰਦੇ ਹਾਂ, ਕੁਐਸਚਨ ਮਾਰਕਸ ਯੂਜ਼ ਕਰਦੇ ਹਾਂ ਜਾਂ ਕੌਮਾ ਸਿੰਪਲ ਵਾਲਾ, ਠੀਕ ਹੈ। ਉਸ ਤੋਂ ਬਾਅਦ ਕੀ ਹੈ ਕਹਿੰਦੇ ਪੂਰਨ ਵਿਸ਼ਰਾਮ, ਇਹਦੇ ਵਿੱਚ ਕੀ ਹੈ ਪੂਰਨ ਵਿਸ਼ਰਾਮ ਤੋਂ ਅੱਧੇ ਠਹਿਰਾ ਜਾਂ ਅਰਧ ਵਿਸ਼ਰਾਮ ਲਈ ਬਿੰਦੀ ਕੌਮਾ ਦੀ ਵਰਤੋਂ ਦਾ ਨਿਯਮ ਇਸ ਪ੍ਰਕਾਰ ਹੈ। ਕਹਿੰਦੇ ਕੀ ਹੈ, ਕਹਿੰਦੇ ਜਦੋਂ ਪੂਰਨ ਵਿਸ਼ਰਾਮ ਲੈਣਾ ਹੋਵੇ, ਜਦੋਂ ਕੀ ਹੈ ਪੂਰਨ ਵਿਸ਼ਰਾਮ ਤੋਂ ਅੱਧੇ ਠਹਿਰਾ, ਹਜੇ ਆਪਾਂ ਪੂਰਨ ਵਿਸ਼ਰਾਮ ਲੈਣ ਤੋਂ ਪਹਿਲਾਂ ਅੱਧਾ ਠਹਿਰਾ ਲੈਣਾ ਜਾਂ ਅਰਧ ਵਿਸ਼ਰਾਮ ਲਈ ਕੀ ਹੈ ਬਿੰਦੀ ਕੌਮੇ ਦੀ ਕੀ ਹੈ ਵਰਤੋਂ ਕੀਤੀ ਜਾਂਦੀ ਹੈ। ਕਹਿੰਦੇ ਲਿਖਤ ਵਿੱਚ ਜਿਸ ਥਾਂ ਕੌਮਾ ਲਾਉਣ ਤੋਂ ਵੱਧ ਅਤੇ ਪੂਰਨ ਵਿਸ਼ਰਾਮ ਚਿੰਨ੍ਹ ਲਾਉਣ ਤੋਂ ਘੱਟ ਠਹਿਰਾ, ਵਿਸ਼ਰਾਮ ਚਿੰਨ੍ਹ ਲਾਉਣ ਤੋਂ ਘੱਟ ਠਹਿਰਾ, ਉੱਥੇ ਕੀ ਹੈ ਬਿੰਦੀ ਕੌਮੇ ਦੀ ਵਰਤੋਂ ਕੀਤੀ ਜਾਂਦੀ। ਜਿਵੇਂ ਰੋਟੀ ਪੱਕ ਗਈ ਹੈ, ਸਬਜ਼ੀ ਤਿਆਰ ਹੈ, ਮਹਿਮਾਨਾਂ ਦੇ ਬੈਠਣ ਦੀ ਦੇਰ ਹੈ। ਹੁਣ ਇੱਥੇ ਕੀ ਹੈ ਦੇਖੋ, ਇਹ ਕੀ ਕਹਿੰਦੇ ਆ, ਨਾ ਤਾਂ ਡੰਡੀ ਲੱਗੂਗੀ ਇੱਥੇ, ਕਿਉਂਕਿ ਹਜੇ ਕੀ ਰੋਟੀ ਪੱਕ ਚੁੱਕੀ ਹੈ। ਉਹਨਾਂ ਨੇ ਇਹ ਗੱਲ ਕਹਿਤੀ, ਅੱਗੇ ਹੋਰ ਗੱਲਾਂ ਕਹੀ ਜਾਂਦੇ ਨੇ, ਉਹ ਸਬਜ਼ੀ ਤਿਆਰ ਹੈ, ਮਹਿਮਾਨਾਂ ਦੇ ਬੈਠਣ ਦੀ ਦੇਰ। ਆਪਾਂ ਐਵੇਂ ਵੀ ਕਹਿ ਸਕਦੇ ਕਿ ਗੱਲ ਹਜੇ ਪੂਰੀ ਕਰਨ ਤੋਂ, ਜਿਵੇਂ ਆਪਾਂ ਕਈ ਵਾਰੀ ਨਾ ਦੇਖੋ ਬੋਲੀ ਜਾਂਦੇ ਹੁੰਦੇ ਹਾਂ, ਹੈ ਨਾ, ਅਤੇ ਆਪਣੀ ਗੱਲ ਕਿ ਇੱਕ ਤਰ੍ਹਾਂ ਕੰਪਲੀਟ ਵੀ ਹੋ ਜਾਂਦੀ ਅਤੇ ਕੰਪਲੀਟ ਨਹੀਂ ਵੀ ਹੋਈ ਹੁੰਦੀ, ਉੱਥੇ ਕੀ ਇਹ ਚੀਜ਼ ਲੱਗਦੀ ਹੈ ਬਿੰਦੀ ਕੌਮਾ ਲੱਗਦਾ, ਠੀਕ ਹੈ। ਉਦਾਹਰਣ ਦੇਣ ਲਈ ਵਰਤੇ ਜਾਂਦੇ ਸ਼ਬਦ ਜਿਵੇਂ ਜਿਹਾ ਕੇ ਆਦਿ ਸ਼ਬਦ ਤੋਂ ਪਹਿਲਾਂ ਕੀ ਹੈ ਬਿੰਦੀ ਕੌਮਾ ਲੱਗਦਾ। ਉਦਾਹਰਣ ਵਜੋਂ ਲੁਧਿਆਣੇ ਵਿੱਚ ਹੌਜ਼ਰੀ ਦਾ ਸਮਾਨ ਬਣਦਾ ਹੈ, ਜਿਹਾ ਕੇ ਜੁਰਾਬਾ ਬਣੇਨਾ ਆਦਿ, ਠੀਕ ਹੈ। ਕਹਿੰਦੇ ਜਿਵੇਂ ਸ਼ਬਦ ਤੋਂ ਪਹਿਲਾਂ ਬਿੰਦੀ ਕੌਮੇ ਦੀ ਥਾਂ ਕੇਵਲ ਕੌਮੇ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਦੇਖੋ ਰੂਲ ਇਹ ਵੀ ਚੀਜ਼ ਨੋਟ ਕਰ ਲਓ, ਜਦੋਂ ਜਿਵੇਂ ਸ਼ਬਦ ਆਪਾਂ ਲਾਉਂਦੇ ਹਾਂ ਉੱਥੇ ਆ ਕਈ ਵਾਰੀ ਕੀ ਹੈ ਇਹ ਵੀ ਲੱਗ ਜਾਂਦਾ ਅਤੇ ਕਈ ਵਾਰੀ ਕੀ ਹੈ ਕੌਮਾ ਵੀ ਲੱਗ ਜਾਂਦਾ, ਠੀਕ ਹੈ। ਉਸ ਤੋਂ ਬਾਅਦ ਹੈ ਪੁੱਠੇ ਕੌਮੇ। ਦੇਖੋ ਸਭ ਤੋਂ ਪਹਿਲਾਂ ਪੁੱਠੇ ਕੌਮਿਆਂ ਦਾ ਜਿਹੜਾ ਰੂਲ ਹੈ, ਜਦੋਂ ਕਿਸੇ ਦੇ ਕਥਨ ਐਜ਼ ਇਟ ਇਜ਼ ਹੀ ਲਿਖਣੇ ਹੋਣ, ਜਿਵੇਂ ਮੰਨ ਲਓ ਕੋਈ ਗੱਲ ਮੈਨੇ ਹੀ ਕਹੀ ਹੈ ਜਾਂ ਕਿਸੇ ਨੇ ਕਹੀ ਹੈ, ਤੁਸੀਂ ਐਜ਼ ਇਟ ਇਜ਼ ਹੀ ਲਿਖਣੀ ਆ, ਤਾਂ ਉਦੋਂ ਕੀ ਇਹ ਕੌਮੇ ਲੱਗਣਗੇ, ਪੁੱਠੇ ਕੌਮੇ। ਕਿਸੇ ਦੇ ਕਹੇ ਜਾਂ ਲਿਖੇ ਸ਼ਬਦਾਂ ਨੂੰ ਜਿਉਂ ਦੀ ਤਿਉਂ ਲਿਖਣ ਲਈ ਪੁੱਠੇ ਕੌਮਿਆਂ ਵਿੱਚ ਰੱਖਿਆ ਜਾਂਦਾ ਹੈ। ਕਹਿੰਦੇ ਜਿਵੇਂ ਮੁੱਖ ਅਧਿਆਪਕ ਜੀ ਨੇ ਕਿਹਾ, ਮੈਂ ਹਮੇਸ਼ਾ ਮਿਹਨਤੀ ਅਤੇ ਲੱਗਣ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ। ਹੁਣ ਇਹ ਉੱਥੇ ਕਿੱਥੇ ਹੈ ਦੇਖੋ, ਜੇ ਵਾਕ ਵਿੱਚ ਕਿਸੇ ਪੁਸਤਕ ਦਾ ਨਾਂ ਲਿਖਣਾ ਹੋਵੇ ਉਸਨੂੰ ਕੀ ਕਹਿ ਰਹੇ, ਪੁੱਠੇ ਕੌਮਿਆਂ ਵਿੱਚ ਰੱਖਿਆ ਜਾਂਦਾ। ਫਿਰ ਉੱਥੇ ਕੀ ਸਿੰਗਲ ਕੌਮੇ ਪੈਣਗੇ, ਕੀ ਹੈ ਸਿੰਗਲ, ਜਿਵੇਂ ਚਿੱਟਾ ਲਹੂ, ਠੀਕ ਹੈ, ਨੋਵਲ, ਕੀ ਹੈ ਜਦੋਂ ਕਿਸੇ ਪੁਸਤਕ ਦਾ ਨਾਂ ਲਿਖਣਾ ਹੋਵੇ ਉੱਥੇ ਸਿੰਗਲ ਕੌਮੇ ਪੈਣਗੇ। ਦੂਜਾ ਕੀ ਹੈ, ਦੂਜੇ ਦੇ ਕਹੇ ਜਾਂ ਲਿਖੇ ਹੋਏ ਇੱਕ ਦੋ ਸ਼ਬਦਾਂ ਨੂੰ ਵਾਕ ਵਿੱਚ ਕਹਿ ਰਹੇ ਪੁੱਠੇ, ਉਦੋਂ ਵੀ ਕੀ ਇਹ ਕਹਿ ਰਹੇ ਲੱਗਣਗੇ,
ਠੀਕ ਹੈ। ਅੱਗੇ ਕੀ ਹੈ, ਜਿਵੇਂ ਅੰਗਰੇਜ਼ੀ ਰਾਜ ਦੇ ਸਮੇਂ 'ਤੇ ਦੇਸ਼ ਦਰੋਹੀ ਸਾਡੀਆਂ ਨਜ਼ਰਾਂ ਵਿੱਚ ਦੇਸ਼ ਭਗਤ ਹਨ, ਠੀਕ ਹੈ। ਉਸ ਤੋਂ ਬਾਅਦ ਕੀ ਹੈ, ਦੁਬਿੰਦੀ। ਦੁਬਿੰਦੀ ਕੀ ਹੈ, ਦੇਖੋ ਐਵੇਂ ਪਾਏ ਹੁੰਦੇ ਆ, ਇਸ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ। ਕਿਸੇ ਸ਼ਬਦ, ਵਾਕੰਸ਼ ਜਾਂ ਉਪਵਾਕ ਦੀ ਵਿਆਖਿਆ ਜਾਂ ਵੇਰਵੇ ਤੋਂ ਪਹਿਲਾਂ ਕੀ ਲੱਗਦੀ ਹੈ, ਦੁਬਿੰਦੀ ਲਾਈ ਜਾਂਦੀ ਹੈ। ਹੁਣ ਦੇਖੋ ਆਪਾਂ ਕਈ ਵਾਰੀ ਜਿਵੇਂ ਹੁਣ ਆਹੀ ਦੇਖ ਲਓ, ਦੁਬਿੰਦੀ ਵਾਲਾ ਟੋਪਿਕ ਹੀ ਦੇਖ ਲਓ, ਇਹ ਲਿਖਣ ਤੋਂ ਬਾਅਦ ਦੋ ਬਿੰਦੀ, ਮਤਲਬ ਕੀ ਹੈ, ਜਦੋਂ ਕਿਸੇ ਸ਼ਬਦ, ਵਾਕੰਸ਼ ਜਾਂ ਉਪਵਾਕ ਦੀ ਵਿਆਖਿਆ ਜਾਂ ਵੇਰਵੇ ਤੋਂ ਪਹਿਲਾਂ ਕੀ ਲੱਗਦਾ, ਵੇਰਵਾ ਦੇਣਾ ਹੋਵੇ, ਆਪਾਂ ਕੀ ਡਿਫਾਈਨ ਕਰਨਾ ਹੋਵੇ, ਜਿਵੇਂ ਕੀ ਹੈ, ਵਰਖਾ ਰੁੱਤ ਦੇ ਮਹੀਨੇ ਪਿੱਛੋਂ ਬੀਜੀਆਂ ਜਾਂਦੀਆਂ ਸਾਉਣੀ ਦੀਆਂ ਫਸਲਾਂ ਹਨ, ਮੱਕੀ, ਜਵਾਰ, ਤਿਲ, ਮੂੰਗੀ, ਠੀਕ ਹੈ। ਮੇਰੇ ਮਨ ਪਾਉਂਦੇ ਪੰਜਾਬੀ ਦੇ ਚਾਰ ਸਾਹਿਤਕਾਰ, ਇਹਨਾਂ ਬਾਰੇ ਲਿਖਣਾ ਤਾਂ ਵੀ ਆਪਾਂ ਇਹ ਚੀਜ਼ ਲਾਉਂਦੇ ਹਾਂ, ਠੀਕ ਹੈ, ਹੈ ਨਾ। ਇਹ ਕੁਝ ਰੂਲ ਨੇ, ਕਹਿੰਦੇ ਕਿਸੇ ਵਿਅਕਤੀ ਦੇ ਲੰਮੇ ਬਿਆਨ, ਵਿਚਾਰ, ਟੂਕ ਵਗੈਰਾ ਜੋ ਵੀ ਆ, ਆਪਾਂ ਉਦੋਂ ਵੀ ਇਹੀ ਚੀਜ਼ ਲਾਉਂਦੇ ਹਾਂ, ਹੈ ਨਾ। ਆਹ ਦੇਖੋ, ਫਿਰ ਉਸ ਤੋਂ ਬਾਅਦ ਕਿ ਕਿਸੇ ਨਾਟਕੀ ਵਾਰਤਾਲਾਪ ਤੋਂ ਪਹਿਲਾਂ ਉਸ ਵਾਰਤਾਲਾਪ ਨੂੰ ਬੋਲਣ ਵਾਲੇ ਦੇ ਨਾਂ ਤੋਂ ਪਿੱਛੋਂ, ਠੀਕ ਹੈ, ਪਹਿਲਾਂ ਕੀ ਹੈ, ਜਿਵੇਂ ਇਹਦਾ ਡਾਇਲੋਗ ਕੀ ਹੈ, ਜਿਵੇਂ ਟੀਚਰ ਦਾ ਡਾਇਲੋਗ ਕੀ ਹੈ, ਸਟੂਡੈਂਟ ਦਾ ਡਾਇਲੋਗ ਕੀ ਹੈ, ਉਹ ਕੀ ਹੈ, ਉਹ ਇਹਦੇ ਵਿੱਚ ਲਿਖੇ ਜਾਂਦੇ, ਹੈ ਨਾ। ਉਸ ਤੋਂ ਬਾਅਦ ਕੀ ਆਪਣੇ ਕੋਲ, ਦੁਬਿੰਦੀ ਡੈਸ਼ ਦੁਬਿੰਦੀ, ਇਸ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਲਗਭਗ ਦੁਬਿੰਦੀ, ਊੜਾ ਆੜਾ ਅਤੇ ਈੜੀ ਵਾਲੀ ਹੀ ਹੈ, ਕਹਿੰਦੇ ਜੋ ਆਪਾਂ ਪਹਿਲਾਂ ਪੜ੍ਹੀਆਂ ਨੇ, ਹੈ ਨਾ, ਉਹਦੇ ਵਾਲੀ ਵੀ ਹੈ ਜੋ ਆਪਾਂ ਉੱਪਰ ਪੜ੍ਹ ਚੁੱਕੇ ਹਾਂ, ਠੀਕ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆਈ ਹੋਊਗੀ। ਜੋੜਨੀ ਕਿ, ਜੋੜਨੀ ਦਾ ਅਰਥ ਹੈ ਜੋੜਨ ਵਾਲੀ, ਇਹ ਚਿੰਨ੍ਹ ਦੋ ਜਾਂ ਦੋ ਤੋਂ ਵੱਧ ਵੱਧ ਸ਼ਬਦਾਂ ਨੂੰ ਕਿ ਜੋੜ ਕੇ ਇੱਕ ਸ਼ਬਦ ਬਣਾਉਂਦਾ, ਜਿਵੇਂ ਚਾਹ, ਪਾਣੀ, ਪੜ੍ਹਾਈ, ਲਿਖਾਈ। ਜੋੜਨੀ ਦੀ ਵਰਤੋਂ ਦੀਆਂ ਕੁਝ ਉਦਾਹਰਨਾਂ ਇਸ ਪ੍ਰਕਾਰ ਹਨ, ਦੇਖੋ, ਘਿਓ, ਖਿਚੜੀ, ਦਾਲ, ਫੁਲਕਾ, ਖਾਣ ਪੀਣ, ਹੱਥ ਪੈਰ, ਇਹਨਾਂ ਸ਼ਬਦਾਂ ਵਿੱਚ ਜੋੜਨੀ ਅਤੇ ਜਾਂ ਅਤੇ ਸ਼ਬਦਾਂ ਦਾ ਕੰਮ ਦਿੰਦੀ ਹੈ, ਨਾਲ ਹੀ ਦੇ ਸ਼ਬਦਾਂ ਨੂੰ ਜੋੜਦੀ ਹੈ। ਜੋੜਨੀ ਤੋਂ ਬਿਨਾਂ ਇਹ ਸ਼ਬਦ ਇਸ ਤਰ੍ਹਾਂ ਲਿਖੇ ਜਾਣੇ ਹਨ, ਘਿਓ ਅਤੇ ਖਿਚੜੀ, ਦਾਲ ਅਤੇ ਫੁਲਕਾ। ਫਿਰ ਜੇ ਆਪਾਂ ਜੋੜਨੀ ਨਹੀਂ ਲਾਉਣੀ ਤਾਂ ਤੇਲ ਲਗਾਉਣਾ ਪਏਗਾ, ਠੀਕ ਹੈ, ਇੰਨੀ ਚੀਜ਼ ਸਮਝ ਆਈ। ਉਸ ਤੋਂ ਬਾਅਦ ਕੀ, ਸ਼ਬਦ ਜੋੜ, ਜਨਮ ਮਿਤੀ ਹੋ ਗਈ, ਜਿਵੇਂ ਬੁੱਤ ਪੂਜਾ ਹੋ ਗਈ, ਹੱਥ ਕੜੀ ਹੋ ਗਈ। ਜੇ ਹੁਣ ਆਪਾਂ ਨਹੀਂ ਜੋੜਨੀ ਲਾਉਂਦੇ ਤਾਂ ਫਿਰ ਆਪਾਂ ਨੂੰ ਕੀ ਲਾਉਣਾ ਪਏ, ਦਾ, ਦੇ, ਜਾਂ, ਠੀਕ ਹੈ, ਸੰਬੰਧਕ ਦਾ ਕੰਮ ਦਿੰਦੀ ਹੈ। ਕਈ ਵਾਰੀ ਕੀ ਹੈ, ਜੋੜਨੀ ਕੇ ਸੰਬੰਧਕ ਦਾ ਵੀ ਕੰਮ ਦੇ ਦਿੰਦੀ ਹੈ। ਅੱਗੇ ਕੀ ਹੈ, ਦੇਖੋ, ਕਹਿੰਦੇ ਇੱਕੋ ਅਰਥ ਵਾਲੇ ਦੋ ਸ਼ਬਦਾਂ ਦੇ ਵਿਰੋਧੀ ਅਰਥਾਂ ਵਾਲੇ ਸ਼ਬਦ ਵੀ ਕੀ ਲੱਗਦੀ ਹੈ, ਜੋੜਨੀ ਲੱਗਦੀ ਹੈ। ਉਸ ਤੋਂ ਬਾਅਦ ਕੀ ਹੈ, ਇਹ ਇੱਕ ਹੀ ਸ਼ਬਦ ਦੇ ਦੁਹਰਾਅ ਵਿਚਾਲੇ ਜੋੜਨੀ ਲੱਗਦੀ ਹੈ, ਜਿਵੇਂ ਦੋ ਦੋ ਲਾਈਨਾਂ, ਦੋ ਦੋ ਦੀਆਂ ਲਾਈਨਾਂ ਵਿੱਚ ਚੱਲੋ, ਹੈ ਨਾ, ਘਰ ਘਰ, ਇਹ ਕੀ ਹੈ, ਸਾਰੀ ਜੋੜਨੀ ਦੇ। ਉਸ ਤੋਂ ਬਾਅਦ ਹੈ ਛੁੱਟ ਮਰੋੜੀ, ਉਸ ਤੋਂ ਬਾਅਦ ਕੀ ਹੈ, ਛੁੱਟ ਮਰੋੜੀ। ਬਣਤਰ ਪੱਖੋਂ ਇਹ ਵਿਸ਼ਰਾਮ ਚਿੰਨ੍ਹ ਇੱਕ ਕਾਮੇ ਵਾਂਗ ਹੀ ਹੈ, ਕਹਿੰਦੇ ਬਣਤਰ ਪੱਖੋਂ ਕੀ ਹੈ, ਇਹ ਕੌਮੇ ਵਾਂਗੂ ਹੀ ਹੈ। ਇਸ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੈ, ਸੱਜਣ ਪੁਰਖ ਮੱਥੇ 'ਤੇ ਕਦੇ ਵੱਟ ਨਹੀਂ ਪਾਉਂਦੀ, ਸਾਡੀ ਰਿਹਾਇਸ਼ ਖੇਤ 'ਚ ਹੀ ਹੈ। ਜੇ ਆਪਾਂ ਛੁੱਟ ਮਰੋੜੇ ਦੀ ਗੱਲ ਕਰੀਏ, ਜੇ ਤੇ ਹੋ ਗਿਆ, ਤੇ ਕੀ ਅਤੇ ਦੇ ਕੰਮ ਕਰਦੇ, ਹੈ ਨਾ, ਜਿੱਥੇ ਆਪਾਂ ਤੇ ਪਾਉਣਾ ਉੱਥੇ ਆਪਾਂ ਤੇ ਪਾ ਦਿੰਦੇ ਹਾਂ, ਵਿੱਚ ਚ ਦੇ ਨਾਲ ਕੀ ਅਤੇ ਕੌਮਾ, ਇਹ ਕੀ ਹੈ ਵਰਡ ਨੂੰ ਸ਼ੋਰਟ ਕਰਦਾ, ਠੀਕ ਹੈ। ਅੱਗੇ ਦੇਖੋ ਡੈਸ਼, ਡੈਸ਼ ਕੀ ਹੈ, ਇਹ ਵਿਸ਼ਰਾਮ ਚਿੰਨ੍ਹ ਵੇਖਣ ਨੂੰ ਜੋੜਨੀ ਜਿਹਾ ਹੀ ਹੈ, ਪਰ ਇਹ ਕੀ ਹੈ, ਲੰਮਾਈ ਵਿੱਚ ਜੋੜਨੀ ਤੋਂ ਕੁਝ ਵੱਡਾ ਹੁੰਦਾ ਹੈ। ਡੈਸ਼ ਅਤੇ ਜੋੜਨੀ ਸੇਮ ਹੀ ਲੱਗਦੇ ਆ, ਪਰ ਇਹਨਾਂ ਦੀ ਲੰਬਾਈ ਦੇ ਵਿੱਚ ਫਰਕ, ਡੈਸ਼ ਜ਼ਿਆਦਾ ਲੰਬੀ ਹੁੰਦੀ ਹੈ ਅਤੇ ਜੋੜਨੀ ਥੋੜ੍ਹੀ ਛੋਟੀ ਹੁੰਦੀ ਹੈ, ਹੈ ਨਾ। ਕਹਿੰਦੀ ਲਿਖਦੇ ਹੋਏ ਵਾਕ ਦੇ ਅੱਧ ਵਿੱਚ ਹੀ ਅਚਾਨਕ ਕੋਈ ਹੋਰ ਗੱਲ ਵਿਆਖਿਆ ਵਜੋਂ ਜੋੜਨ ਦੀ ਲੋੜ ਅਨੁਭਵ ਹੋਵੇ, ਤਦ ਡੈਸ਼ ਲਾ ਕੇ ਗੱਲ ਨੂੰ ਲਿਖਿਆ ਜਾਂਦਾ, ਜਿਵੇਂ ਇਹ ਸਮਾਧੀ ਸ਼ਹੀਦ ਭਗਤ ਸਿੰਘ, ਉਹ ਭਗਤ ਸਿੰਘ ਜਿਸ ਨੇ ਦੇਸ਼ ਦੀ ਆਜ਼ਾਦੀ, ਜਿਵੇਂ ਐਕਸਪਲੇਨ ਕਰਤਾ ਕਿ ਕਈ ਵਾਰੀ ਨਾ, ਜਿਵੇਂ ਕੁਛ ਬੱਚੇ ਹੁੰਦੇ, ਟਰਮਸ ਹੁੰਦੀਆਂ ਜਿਹੜੀਆਂ, ਹੈ ਨਾ, ਦਿੱਤੀਆਂ ਹੁੰਦੀਆਂ, ਉਹਨਾਂ ਨੂੰ ਐਵੇਂ ਵਾਲੇ, ਹੈ ਨਾ, ਦੁਬਿੰਦੀ ਡੈਸ਼ ਨਾਲ ਵੀ ਕਰਦੇ ਅਤੇ ਡੈਸ਼ ਨਾਲ ਵੀ ਕਰ ਦਿੰਦੇ, ਠੀਕ ਹੈ। ਇੰਨੀ ਚੀਜ਼ ਸਮਝ ਆਈ ਤੁਹਾਨੂੰ। ਉਸ ਤੋਂ ਬਾਅਦ ਹੈ, ਕਹਿੰਦੇ ਜਦੋਂ ਲਿਖਤ ਵਿੱਚ ਭਾਵ ਪ੍ਰਧਾਨ ਹੋਵੇ, ਤਦ ਸ਼ਬਦ, ਵਾਕੰਸ਼ ਅਤੇ ਉਪਵਾਕ ਵਿਚਕਾਰ ਡੈਸ਼ ਲਾ ਕੇ ਹੀ ਰਚਨਾ ਦੇ ਵਿਆਕਰਨਿਕ ਕ੍ਰਮ ਨੂੰ ਠੀਕ ਰੱਖਿਆ ਜਾਂਦਾ ਹੈ। ਜਿਵੇਂ ਬੱਦਲ ਆ ਰਹੇ ਹਨ, ਕਾਲੇ ਮਸਤ ਹਾਥੀਆਂ ਵਾਂਗ ਝੂਮਦੇ, ਦੂਰ ਸਮੁੰਦਰਾਂ ਦੇ ਪਾਣੀਆਂ ਨੂੰ ਮਾਸ਼ਕੀਆਂ ਵਾਂਗ ਚੁੱਕੀ ਆਉਂਦੇ, ਠੀਕ ਹੈ। ਇਹ ਸਾਰੀਆਂ ਇਗਜ਼ਾਮਪਲਸ ਨੇ।
ਉਸ ਤੋਂ ਬਾਅਦ ਕੀ ਹੈ, ਕਈ ਵਾਰੀ ਅਤੀ ਜਜ਼ਬਾਤੀ ਹਾਲਾਤ ਵਿੱਚ ਪੂਰੇ ਵਾਕ ਨਹੀਂ ਬੋਲੇ ਜਾਂਦੇ, ਸਗੋਂ ਅਧੂਰੇ ਜਾਂ ਟੁੱਟਵੇਂ, ਹੈ ਨਾ, ਕਹਿੰਦੇ ਟੁੱਟਵੇਂ ਜੇ ਵਾਕ ਬੋਲੇ ਜਾਂਦੇ ਉਦੋਂ ਵੀ ਆਪਾਂ ਕੀ ਹੈ ਡੈਸ਼ ਹੀ ਵਰਤਦੇ ਹਾਂ। ਜਿਵੇਂ ਮੇਰੀ ਮਾਂ ਨੂੰ ਬੁਲਾ ਦਿਓ, ਹੈ ਨਾ, ਮਤਲਬ ਕਿ ਇਹ ਕੋਈ ਜਿਵੇਂ ਸਟੈਮਰਿੰਗ ਕਰਦਾ ਹੱਕ ਲਾਉਂਦਾ ਉਹਦੇ ਲਈ, ਹੈ ਨਾ, ਉਦੋਂ ਇਹ ਸ਼ਬਦ ਬੋਲੇ ਜਾਂਦੇ ਨੇ। ਅਤੇ ਉਸ ਤੋਂ ਬਾਅਦ ਕਿ ਬਿੰਦੀ ਕੀ ਹੈ, ਪੰਜਾਬੀ ਵਿੱਚ ਇਸ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਇੰਨੀ ਨਹੀਂ ਹੁੰਦੀ। ਦੇਖੋ ਆਹ ਚੀਜ਼ ਨੋਟ ਕਰਨ ਵਾਲੀ, ਇਹ ਘੱਟ ਵਰਤੀ ਹੁੰਦੀ ਹੈ, ਇਹਦੀ ਇੰਨੀ ਨਹੀਂ ਹੁੰਦੀ। ਇਸ ਦੀ ਵਰਤੋਂ ਦੇ ਕੁਝ ਨਿਯਮ ਹੇਠ ਲਿਖੇ ਅਨੁਸਾਰ ਆਪਾਂ ਪੜ੍ਹ ਲੈਂਦੇ ਹਾਂ ਕੀ ਨਿਯਮ ਨੇ ਆਪਣੇ। ਕਹਿੰਦੇ ਜਿਵੇਂ ਆਪਾਂ ਬੀ ਐੱਡ ਕਰਦੇ ਹਾਂ, ਐੱਮ ਏ ਕਰਦੇ ਹਾਂ, ਹੈ ਨਾ, ਬੀ ਏ ਕਰਦੇ ਹਾਂ, ਇਹਦੇ ਵਿੱਚ ਕੀ ਹੈ, ਜਦੋਂ ਬਿੰਦੀਆਂ ਪੈਂਦੀਆਂ ਨੇ ਬਸ ਉਹ ਚੀਜ਼ਾਂ ਲਈ ਹੈ, ਜਾਂ ਡਿਗਰੀਆਂ ਦੇ ਨਾਮ ਹੋ ਗਏ, ਕਿਤਾਬਾਂ ਦੇ ਨਾਮ ਹੋ ਗਏ, ਬਸ ਸੋਚ ਲੱਗਦੀ ਹੈ। ਜਿਹੜੀ ਅੱਜ ਦੀ ਵੀਡੀਓ ਇੱਥੇ ਸਮਾਪਤ ਹੁੰਦੀ ਹੈ, ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ ਹੈ ਵਿਸ਼ਰਾਮ ਚਿੰਨ੍ਹ। ਅਤੇ ਮੇਰੇ ਯੂਟਿਊਬ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਅਤੇ ਟੈਲੀਗ੍ਰਾਮ ਚੈਨਲ ਨਾਲ ਵੀ ਜੁੜੋ ਪੀ ਡੀ ਐੱਫ ਲੈਣ ਲਈ। ਧੰਨਵਾਦ।